ਉਹੀ ਪੀਣੀ ਆ, ਵੇਖੀ ਉਹ ਕਿਹੜੀ ਛੱਡੀ ਜਾਂਦੀ ਕਿਹਾ ਫਿਰ। ਹੋਰ ਸੱਜ ਸਮਾਨ ਆਪਣਾ ਚੱਲੀਏ, ਨਿਕਲੀਏ ਲੋਏ ਲੋਏ। ਅਤੇ ਆਹ ਕੋਈ ਸਾਡੀ ਗੱਡੀ ਦੇ ਪਿੱਛੇ ਗੱਡੀ ਲਾ ਗਿਆ ਜੀ। ਬਾਸ਼ੀ 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 ਚੱਕਰ ਦੇ ਵਿੱਚ ਭੈਣ ਤੁਹਾਡੀ ਆਪਣੀ ਨਾ ਗੱਡੀ ਦਾ ਭਰਾ ਖੋਣਾ ਜਿਹੜਾ ਬਾਹਰ ਆ ਸ਼ੱਕ ਕਰਨ ਡਈ ਆ, ਕਹਿੰਦੀ ਕੱਲ ਕਿੱਥੇ ਸੀ। ਦਰਦ ਇੱਕ ਵਾਕਿਆ ਅਸੀਂ ਹੋਰ ਵੇਖ ਲਿਆ ਜੀ। ਕੁੜੀ ਆ ਵੇ ਸਰਦਾਰ, ਉਹ ਗੱਲ ਕਿਉਂ ਗਿਆ ਹੈ ਇੱਧਰ ਆ ਮੇਰੇ ਪੁੱਤ ਬੁੱਗੀ ਦਾ ਇੱਧਰ ਜਾਣ, ਜਿਹਨਾਂ ਦੇ ਘਰਾਂ ਚ ਹੈਗੀ ਸਾਰੇ ਪੰਜਾਬ ਦੇ ਹਰੇਕ ਘਰ ਚ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਲੈ ਵੀ ਮਿੱਤਰਾ ਅੱਜ ਦੇ ਦਿਨ ਅਤੇ ਅੱਜ ਦੇ ਵਲੋਗ ਦੀ ਸ਼ੁਰੂਆਤ ਕਰਤੀ ਯਾਰਾਂ ਨੇ, ਨਹਾ ਧੋ ਲਿਆ ਜੀ, ਭਾਵੇਂ ਉੱਠੇ ਲੇਟ ਸੀ ਮਾਸਾ, ਗੱਲ ਕਰੀ ਗਏ ਰਾਤੀ ਜਦੋਂ ਸੱਜਣ ਮਿੱਤਰ ਇਕੱਠੇ ਹੋਏ ਹੋਣ ਜਿਹਨਾਂ ਨੇ ਕੱਲ੍ਹ ਦਾ ਵਲੋਗ ਵੇਖਿਆ। ਮੇਰੇ ਹਿਸਾਬ ਨਾਲ ਡੇਢ ਦੋ ਵੱਜ ਗਏ ਸੌਂਦਿਆਂ ਸੌਂਦੇ, ਉਹ ਤੋਂ ਬਾਅਦ ਸਵੇਰੇ ਉੱਠਦੇ ਉੱਠਦੇ 7:30 ਹੋ ਗਏ, ਨਹਾਏ ਧੋਏ 8:30 ਹੋ ਗਏ, ਅਤੇ ਹੁਣ ਸਰਪੰਚ ਨੇ ਅੱਜ ਇਹ ਬੜੇ ਟਾਈਮ ਸਿਰ ਉੱਠੇ ਜੀ, ਜਿਹਨਾਂ ਨੂੰ ਪਤਾ ਜਿਹੜਾ ਕੱਲ੍ਹ ਹੋ ਗਿਆ ਕੰਮ ਖਰਾਬ। ਅਸਲ ਦੇ ਵਿੱਚ ਮੈਂ ਕੱਲ੍ਹ ਉਹਨਾਂ ਨੂੰ ਛੱਡ ਗਿਆ, ਇਹ ਸਾਰਾ ਦਿਨ ਕੰਧਾਂ 'ਚ ਵੱਜਦੇ ਰਹੇ ਉੱਥੇ, ਜਦੋਂ ਬੰਦੇ ਕੋਲ ਕੋਈ ਗੱਡੀਆਂ ਨਾ ਹੋਵੇ ਅਤੇ ਬੰਦਾ ਫਲੈਟ ਹੋਵੇ ਆਉਣ ਜਾਣ ਨੂੰ ਜੀ ਕਰਦਾ ਹੋਵੇ, ਸਵੇਰੇ ਕੰਮ ਬਾਹਲਾ ਔਖਾ ਹੋ ਜਾਂਦਾ। ਅਤੇ ਹੁਣ ਜਦੋਂ ਮੇਰੇ ਇਹਨਾਂ ਨੇ ਆਵਾਜ਼ ਸੁਣੀ, ਮੈਂ ਸਨੈਪਚੈਟ ਪਾਈ ਅਤੇ ਬਾਹਰ ਚਲੂ ਗਏ, ਅਤੇ ਨਾਲ ਦੇ ਕਹਿੰਦੇ ਜੇ ਪੈ ਕੇ ਤਾਂ ਆਵਾਜ਼ ਸੁਣ ਕੇ ਤਾਂ ਮਿੰਟੋ ਮਿੰਟੇ ਉੱਠ ਕੇ ਬਾਹਰ ਹੈ। ਅਤੇ ਮੈਂ ਚਲੋ ਬਈ ਚਲੀਏ, ਅੱਜ ਲੱਗਦਾ ਮੈਨੂੰ ਲੱਗਦਾ ਬੰਦੇ ਪਿੰਡ ਨੂੰ ਜਾਣਗੇ, ਬਾਦਸ਼ੀ ਇਹਨਾਂ ਦੀ ਖਤਮ ਹੋ ਗਈ ਅੱਜ ਮੇਰੇ ਹਿਸਾਬ ਨਾਲ। ਲੈ ਮਿੱਤਰਾ ਆ ਜਾਓ ਆਪਾਂ ਚਲੀਏ ਗੁਰਦੁਆਰਾ ਸਾਹਿਬ, ਉਹ ਤੋਂ ਬਾਅਦ ਕੁਛ ਖਾਣੇ ਪੀਣੇ ਆ ਅਤੇ ਫਿਰ ਮਿਹਨੇ ਅਗਲਾ ਮਾਹੌਲ। ਹਾਂ ਬਈ ਤਾਂ ਅੰਦਰੋਂ ਮਾਵਾਂ ਉੱਠਿਆ, ਇੱਥੇ ਫਿਰ ਲੰਮੇ ਪੈ ਗਿਆ। ਹੋਰ ਸੱਜ ਸਮਾਨ ਆਪਣਾ ਚੱਲੀਏ, ਨਿਕਲੀਏ ਲੋਏ ਲੋਏ। ਹੈਂ ਉੱਠੋ ਤਾਂ ਫਿਰ, ਸਰਪੰਚ ਕਿੱਥੇ? ਸਰਪੰਚ ਉਰਤਾਂ ਬੋਲੋ, ਚੱਲੀਏ ਕਰੀਏ ਕੰਮ ਕਰ ਕੋਈ। ਹੈਂ ਚੱਲ ਵੇ ਭਾਈ ਚੱਲੀਏ, ਅਤੇ ਆਹ ਕੋਈ ਸਾਡੀ ਗੱਡੀ ਦੇ ਪਿੱਛੇ ਗੱਡੀ ਲਾ ਗਿਆ ਜੀ। ਹੈਂ ਲਾਹ ਤਾਂ ਕੰਮ ਨੇ ਅੱਗੇ ਰੇਲਾਂ ਤੋੜਦੀ ਭਰਾਵਾ, ਹੋਰ ਨਾ ਕੰਮ ਕਰਦੀ, ਉਹ ਪਾਰਕਿੰਗ ਮੋਡ 'ਚ ਆਉਣੀ, ਜਾ ਕੇ ਉਹਨੂੰ ਗੇਟਾਂ ਤੋਂ ਕਰੀਏ। ਮੈਂ ਵੀ ਮਿੱਤਰਾ ਅਸੀਂ ਹੁਣ ਨਿਕਲੇ ਜੀ, 8 ਵਜੇ ਅਸੀਂ ਗੱਡੀ ਆ ਕੇ ਸਟਾਰਟ ਕੀਤੀ ਅਤੇ 9 ਵਜੇ ਨਿਕਲਣ ਡੇ ਜੇ, 9 ਵਜੇ 7 ਮਿੰਟ ਰਹਿ ਗਏ। ਅਤੇ ਇਹ ਚੀਜ਼ ਮੈਂ ਸੁਣੀ ਸੀ ਨਾ ਕਿ ਕਈਆਂ ਨੂੰ ਅਗਲ ਘੱਟ ਹੁੰਦੀ ਹੈ, ਅੱਜ ਮੈਂ ਵੇਖ ਵੀ ਲਿਆ ਬਾਹਲੀ ਘੱਟ ਸੀ, ਵੇਖਣ ਨੂੰ ਤਾਂ ਪੜ੍ਹੀ ਲਿਖੀ ਲੱਗਦੀ ਹੈ ਜਨਾਨੀ ਸੀ। ਅਤੇ ਅਜੇ ਮੈਂ ਨਾ ਆਪਣੀ ਬੱਚੀ ਨੂੰ ਤਿਆਰ ਕਰਦੀ ਪਈ ਸੀ, ਤਾਂ ਕਰਕੇ ਬੱਚੀ ਨੂੰ ਤਿਆਰ ਸਾਡੀ ਗੱਡੀ ਪਿੱਛੇ ਗੱਡੀ ਲਿਆ ਕਰਨਾ ਹੈ ਤੂੰ ਕਮਲੀਏ, ਹੈ ਸਾਡਾ ਘੰਟਾ ਖਰਾਬ ਕਰਤਾ ਜੀ, ਇੰਨਾ ਸਾਡਾ ਕੀਮਤੀ ਟਾਈਮ ਹੈ ਕੁੜੀ, ਉਹ ਸਰਪੰਚ ਨਾਲ ਘੰਟਾ ਘੰਟਾ ਸੌਣ ਲੈਂਦੇ ਤਾਂ ਕਾਹਨੂੰ ਗੱਲ ਨਹੀਂ ਹੋਈ। ਹੈਂ ਮੈਂ ਥੱਲੇ ਸੈਰ ਕਰਦਾ ਰਿਹਾ, ਮੈਂ ਹੁਣ ਆਊਗੀ ਹੁਣ ਆਊਗੀ, ਪਰ ਨਹੀਂ, ਸਾਨੂੰ ਕੀ ਪਤਾ ਬੰਦਾ ਕਿ ਬੁੱਢੀ ਸੀ, ਬੁੱਢੀ ਮੂਰਖ ਜਨਾਨੀ। ਹੈਂ ਮਿੱਤਰਾ ਭੁੱਖ ਲੱਗੀ, ਉਹਦਾ ਤਾਂ ਪਹਿਲਾਂ ਜਾਣਾ ਮੈਂ ਗੁਰਦੁਆਰਾ ਸਾਹਿਬ, ਅਤੇ ਉਹ ਗੱਡੀ ਕਰਕੇ ਹੋ ਗਿਆ ਲੇਟ ਹੈ ਨਾ, ਉਹਨੇ ਗੱਡੀ ਜਨਾਨੀ ਨੇ ਪਿੱਛੇ ਲਾਤੀ ਆਪਣੀ ਗੱਡੀ ਦੀ ਪਾਰਕਿੰਗ ਦੀ ਹੈ ਨਾ, ਘੰਟਾ ਘਾਟਾ ਪੂਰਾ ਉੱਥੇ ਖਰਾਬ ਹੋਇਆ, ਨਹੀਂ ਤਾਂ ਅਸੀਂ ਪਹਿਲਾਂ ਗੁਰਦੁਆਰਾ ਸਾਹਿਬ ਜਾਣਾ ਸੀ ਅਤੇ ਫਿਰ ਅਸੀਂ ਆ ਗਏ ਕੁਛ ਖਾਣਾ ਪੀਣਾ ਸੀ। ਇਹ ਚੀਜ਼ ਹੁੰਦੀ ਆ ਕਿ ਹੁਣ ਅਸੀਂ ਉੱਥੇ ਤੂੰ ਤੂੰ ਮੈਂ ਕਰਦੇ ਹੈ ਨਾ, ਉਹਨੇ ਤਾਂ ਮੂਰਖਤਾ ਕੀਤੀ ਪਰ ਆਪਾਂ ਨਹੀਂ ਕਰਨੀ ਸੀ, ਅਤੇ ਬਾਕੀ ਇਹ ਚੀਜ਼ ਹੁੰਦੀ ਜਾਣ ਮੇਰੀ, ਇਹ ਸਮਾਂ ਟਲਦਾ ਹੁੰਦਾ ਕੋਈ, ਮੈਂ ਤਾਂ ਇਹ ਚੀਜ਼ ਸੋਚਦਾ ਨਾ ਸਬਰ ਬੰਦੇ ਨੂੰ ਕਰਨਾ ਚਾਹੀਦਾ, ਸਮਾਂ ਟਲਦਾ ਹੁੰਦਾ, ਸਮਾਂ ਇੱਦਾਂ ਕਿ ਹੁਣ ਮਤਲਬ ਘੰਟਾ ਇੱਕ ਪਹਿਲਾਂ ਜੇ ਆਪਾਂ ਨਿਕਲ ਜਾਂਦੇ, ਸੂਲ ਤੋਂ ਸੂਈ ਅਤੇ ਸੂਈ ਤੋਂ ਸੂਲ ਬਣਦਾ ਹੈ ਨਾ, ਉਹ ਮਾਲਕ ਦੀਆਂ ਮਿਹਰ ਰਹਿਮਤਾਂ ਜੇ ਹੋਣ, ਜੇ ਆਪਾਂ ਖਰਾਬੀਆਂ ਕਰਾਂਗੇ ਤਾਂ ਫਿਰ ਸੂਈ ਤੋਂ ਸੂਲ ਵੀ ਬਣਾ ਦਿੰਦਾ, ਅਤੇ ਜੇ ਉਹਦੀਆਂ ਮਿਹਰਾਂ ਰਹਿਮਤਾਂ ਆਪਣੇ 'ਤੇ ਹੋਣ ਹੈ ਨਾ, ਅਤੇ ਆਪਾਂ ਦੇ ਘਰ ਜਾਈਏ ਤਾਂ ਫਿਰ
ਜਿਹੜਾ ਵਾ ਉਹ ਸੋਲਿਆ ਵੀ ਸੂਈ ਬਣ ਕੇ ਰਹਿ ਜਾਂਦਾ ਹੈ ਨਾ, ਜਿੱਥੇ ਆਪਣੇ ਕਿਤੇ ਮਤਲਬ ਗੱਡੀ ਵੱਜਣੀ ਹੈ ਜਾਂ ਆਪਣਾ ਕੋਈ ਹੋਰ ਨੁਕਸਾਨ ਹੁੰਦਾ ਵਾ ਕਿਸੇ ਵੀ ਤਰ੍ਹਾਂ ਦਾ, ਉਹ ਨਹੀਂ ਹੁੰਦਾ, ਉਹ ਸਮਾਂ ਟਲ ਜਾਂਦਾ ਕੋਈ। ਅਤੇ ਹੁਣ ਵੀ ਸਰਪੰਚ ਹੋਣੀ ਆ ਵੀ ਮੰਨੇ ਨੂੰ ਖਿਜਣਦੇ ਸੀ ਯਾਰ ਕੀ ਯਾਰ ਘੰਟਾ ਵੀ ਇੱਥੇ ਖਲੋਤੇ ਹਾਂ। ਮੈਂ ਤੁਹਾਨੂੰ ਬੜੇ ਪਿਆਰ ਨਾਲ ਸਮਝਾਇਆ ਮੈਂ ਆਹ ਗੱਲ ਜਿਹੜੀ ਤੁਹਾਨੂੰ ਦੱਸਣ ਡਿਆ, ਮੈਂ ਕਿਹਾ ਸਮਾਂ ਟਲਦਾ ਹੁੰਦਾ, ਸਮਾਂ ਟਲ ਗਿਆ ਮੈਂ ਫਿਰ ਕਿਹੜੀ ਗੱਲ ਆ ਹੈ ਨਾ। ਅਤੇ ਮੈਂ ਆਪਾਂ ਇਹਦਾ ਤੂੰ ਤੂੰ ਮੈਂ ਕਰਕੇ ਕਿਹੜੀ ਆਪਣੀ ਗੱਡੀ, ਅਤੇ ਮੈਂ ਉਹਨੇ ਉੱਧਰ ਹੁਣ ਪਾਸੇ ਕਰ ਲੈਣੀ ਹੈ, ਕਿਉਂ ਮੂਰਖ ਆਪਾਂ ਮੂਰਖ ਥੋੜ੍ਹੀ ਬਣ ਜਾਣਾ। ਮੈਂ ਕੋਈ ਗੱਲ ਨਹੀਂ, ਆਪਾਂ ਪਹਿਲਾਂ ਖਾਈਏ ਪੀਏ, ਕਿਉਂਕਿ ਜੇ ਹੁਣ ਗੁਰਦੁਆਰਾ ਸਾਹਿਬ ਚਲ ਜਾਂਦੇ ਭੁੱਖ ਲੱਗੀ ਫਿਰ ਪਾਠ ਨਹੀਂ ਹੋਣਾ ਸੀ ਹੈ ਨਾ। ਅਤੇ ਇਹ ਤੁਹਾਨੂੰ ਕੁਝ ਖਾ ਪੀ ਕੇ ਬੜੇ ਆਰਾਮ ਨਾਲ ਬਹਿ ਕੇ ਮਹਾਰਾਜ ਦਰਸ਼ਨ ਮਿਲੇ ਕਰਾਂਗੇ ਹੈ ਨਾ। ਬਾਕੀ ਮੌਕੇ ਦੀ ਗੱਲ ਸਬਰ, ਜਿਹੜੇ ਬੰਦੇ ਕੋਲ ਜਿਹਨੂੰ ਸਬਰ ਕਰਨਾ ਆ ਗਿਆ ਨਾ, ਉਹ ਸਭ ਕੁਛ ਹੀ ਹੈਗਾ ਲਾ ਲਓ ਸਾਹਿਬ ਤੁਸੀਂ। ਅਤੇ ਸਬਰ ਜ਼ਰੂਰੀ ਆ ਹੈ ਨਾ, ਮਿਹਨਤ ਵੀ ਬਾਅਦ ਚੋਂ, ਸਾਰੇ ਕੰਮ ਕਾਰ ਵੀ ਬਾਅਦ ਚੋਂ, ਸਬਰ ਬੜੀ ਤਕੜੀ ਚੀਜ਼। ਰੁੱਸਿਆ ਭਰਾਵਾ ਸਾਡੇ ਨਾਲ, ਠੰਡ ਲੱਗਣ ਡੀ ਆ ਹੈ, ਦੱਸਦਾ ਨਹੀਂ ਸਾਰੇ ਖਾਣਾ ਪੀਣਾ ਤਾਂ ਹਟਦੇ ਨਹੀਂ, ਗਲਤ ਮਲਤ ਖਾ ਲਿਆ ਨਾ ਅਤੇ ਮੌਸਮ ਬਦਲਣਾ, ਟਾਈਫਾਇਡ ਨਾ ਕਰਾ ਕੇ ਬਹਿ ਜਾ ਕਿਤੇ। ਤੈਨੂੰ ਵੀ ਸਰਪੰਚਾ ਕਹਿਣ ਡਿਆ ਮੈਂ, ਹਾਂ ਬਾਸ਼ੀ 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 ਚੱਕਰ ਦੇ ਵਿੱਚ ਭੈਣ ਤੁਹਾਡੀ ਆਪਣੀ ਨਾ ਸਰੀਰ ਦੀ ਬਾਸ਼ੀ ਹੋ ਜਾਏਗੀ, ਬਾਸ਼ੀ ਤੁਹਾਡੀ ਗੱਲ ਹੋ ਗਈ ਆ, ਕੱਲ੍ਹ ਤੁਹਾਡੇ ਦੀ ਬਾਸ਼ੀ ਪਰਚੀ ਹੋਈ ਕਿਤੇ, ਕੱਲ੍ਹ ਬਾਸ਼ੀਆਂ ਪਾਕ 'ਚ ਹੋਈਆਂ ਸਾਰੀਆਂ। ਲੈ ਵੀ ਮਿੱਤਰਾ ਕਰ ਲਈ ਆ ਮੁੰਡਿਆਂ ਨੇ ਪੇਟ ਪੂਜਾ, ਅਤੇ ਹੁਣ ਚੱਲੀਏ ਗੁਰਦੁਆਰਾ ਸਾਹਿਬ ਕਰੀਏ ਗੁਰੂ ਮਹਾਰਾਜ ਦਰਸ਼ਨ ਵੇਲੇ। ਲੈ ਵੀ ਮਿੱਤਰਾ ਗੁਰੂ ਮਹਾਰਾਜ ਦਰਸ਼ਨ ਵੇਲੇ ਆਪਾਂ ਕਰ ਲਏ ਜੀ, ਉਹ ਆ ਪੀਓ ਨਾ ਲਿਆ ਕਰੋ, ਨੀਂਦ ਤਾਂ ਨਵਾਉਣੀ ਆ। ਅਤੇ ਇਹ ਬੰਦੇ ਵੇਲੇ ਉਹਨਾਂ ਦੇ ਕਰਮਾਂ 'ਚ ਨਹੀਂ ਹੈਗਾ, ਗੁਰੂ ਮਹਾਰਾਜ ਦੇ ਘਰ ਆ ਗਏ ਗੱਡੀ 'ਚ ਬੈਠੇ ਆ, ਇਹਦੇ ਕਰਮਾਂ 'ਚ ਨਾ ਹੋਵੇ ਉਹ ਨਹੀਂ ਜਾ ਸਕਦਾ। ਕੀ ਉਹੀ ਪੀਣੀ ਆ, ਵੇਖੀਏ ਕਿਹੜੀ ਛੇਤੀ ਜਾਂਦੇ ਕਿਹੋ ਜਿਹਾ ਲਵੇ ਹੈ, ਜੇ ਕਿਤੇ ਨਾਲ ਦੇ ਟਾਈਮ ਸਿਰ ਤੇ ਨਾਲੇ ਦਰਸ਼ਨ ਹੋ ਜਾਣੇ। ਚਲੋ ਦੱਸੋ ਮਿੱਤਰ ਕਹਿੰਦੇ ਕਿੱਥੇ ਆ, ਕਹਿੰਦੇ ਕਾਫੀ ਪੀਣ ਆ ਗਏ ਬੰਦੇ, ਅੱਖਾਂ ਇਹਨਾਂ ਦੀਆਂ ਖੁੱਲ੍ਹਣੇ ਡਈਆਂ। ਪੜ੍ਹਨਾ ਆਉਂਦਾ ਜੀ ਹੈ, ਦੱਸਦਾ ਨੇ ਪਲੱਸ ਟੂ ਕੀਤੀ ਹੋ, ਹੁਣ ਇਹ ਕਹਿਣ ਡਿਆ ਮੈਂ ਨੌਨ ਮੈਡੀਕਲ ਚ ਪਲੱਸ ਟੂ ਕੀਤੀ ਆ, ਉਹ ਮੇਰੇ ਕੋਲ ਸਾਰੇ ਨਕਲ ਮਾਰ ਕੇ ਕੀਤੀ ਆ, ਮਾਰ ਨਹੀਂ ਨਕਲਿਆ ਭਾਈ, ਸਹੀ ਗੱਲ ਆ। ਆਹੋ ਕਿਸੇ ਨਾ ਕਿਸੇ ਪਾਸੇ ਹੈ ਨਾ, ਕਿਤੇ ਨਾ ਕਿਤੇ ਨੌਕਰੀ ਪੇਸ਼ੇ ਵਾਲੀ। ਪਰ ਇਹ ਗੱਲ ਆ ਕਿ ਪਹਿਲਾਂ ਤੂੰ ਮੈਡੀਕਲ ਕੀਤਾ, ਮੈਂ ਆਰਟਸ ਕੀਤੀ, ਬੈਠੇ ਆਪਾਂ ਫਿਰ ਇਕੱਠੇ, ਕੀ ਭਾਈ ਫਾਇਦਾ ਆਇਆ ਤੈਨੂੰ? ਕੋਈ ਫਾਇਦਾ ਨਹੀਂ ਮਿੱਤਰ। ਅੱਜ ਪਦਾਰਥ ਹਾਈ ਚਾਹੀਦੇ ਲਾ ਲਓ ਸਾਹਿਬ ਜੀ, ਆਪਾਂ ਤੇ ਮਿੱਤਰੋ ਫੁੱਲ ਡਾਈਟਿੰਗ ਤੇ ਆ, ਆਪਾਂ ਇੱਕ ਵੀ ਚੀਜ਼ ਗਲਤ ਨਹੀਂ ਖਾਣੀ ਅੱਜ ਤੋਂ ਬਾਅਦ, ਆਪਾਂ ਵੀ ਡਾਈਟਿੰਗ ਤੇ ਆਵੇ ਹੈ, ਕਿਉਂ ਮੰਨੇ ਕਹਿੰਦੇ ਉਹਦਾ ਧਿਆਨ ਤੇਰੀ ਕਾਫੀ ਆ ਲਿਆ, ਆਪਣਾ ਛੋੜਦਾ ਨਿੱਕਾ, ਇਹਨੇ ਬੰਬਲੀ ਬੁਲਾ ਦੇਣੀ ਵੇਖੀ ਇਹਦੀ ਗੁਰੂਆ। ਮੈਂ ਵੀ ਮਿੱਤਰਾ ਗੱਲ ਇੱਦਾਂ ਵਾ, ਕਾਫੀ ਸ਼ਾਫੀ ਪੀ ਲਈ ਆ, ਬੰਦੇ ਹੋ ਗਏ ਓਕੇ, ਰਿਪੋਰਟ ਬੜੇ ਮੈਸੇਜ ਆਉਂਦੇ ਸਨੈਪਚੈਟ ਤੇ ਵੀ, ਕਮੈਂਟ ਵੀ ਆ ਗਏ ਵਲੌਗ ਦੇ ਵਿੱਚ ਕਿ ਬਾਈ ਵਾਲ ਵਾਲ ਰੰਗ ਕਰਾ, ਤੂੰ ਵੀ ਸੋਹਣਾ ਸੋਹਣਾ ਬਣ ਮਾੜਾ ਮੋਟਾ ਕਿਤੇ, ਤੂੰ ਰੁੜਿਆ ਫਿਰਨ ਡਿਆ। ਅਤੇ ਜਾਣ ਮੇਰੀ ਆਪਾਂ ਕੀਤਾ ਸਣੀ ਦੇ ਫੋਨ 'ਤੇ, ਆਪਾਂ ਚੱਲੇ ਹੁਣ ਉਹਦੇ ਕੋਲ, ਇਹ ਕਰਾਉਂਦੇ ਕਰਾ ਕਾਹਨੂੰ ਗੱਲਾਂ ਹੈ ਵੀ ਮਿੱਤਰਾ, ਸੋਹਣੇ ਨੋਨੇ ਬਣ ਜਾਂਗੇ ਅੱਜ, ਸੋਹਣੇ ਨੋਨੇ ਹੈ, ਕਾਹਨੂੰ ਗੱਲਾਂ ਕਰਾਵਾਂਗੇ ਅਤੇ ਫਿਰ ਪਿੰਡ ਨੂੰ ਜਾਵਾਂਗੇ। ਚੇਂਜ ਕੀ ਕਰੇਂਗੇ ਟਿੰਡ ਗੜ੍ਹ ਦੇ,
ਵਾਲ ਬਹੁਤ ਸੱਚੀ ਬੜੇ ਸਾਂਭੇ ਨਹੀਂ ਜਾਂਦੇ ਜਾਣ, ਮਤਲਬ ਕਿ ਉਹਨੇ ਕਰਦੀ ਕਿ ਜਿਹੜੇ ਮਤਲਬ ਕਿ ਆ ਪਫ ਜਿਹਾ ਬਣ ਜਾਏ, ਤੈਨੂੰ ਪਤਾ ਰੀਲਾਂ ਰੂਲਾਂ ਸੋਹਣਾ ਲੱਗਦਾ ਯਾਰ, ਯਾਰ ਤੇਰਾ ਸੋਹਣਾ ਲੱਗਦਾ ਰੀਲਾਂ ਦੇ ਵਿੱਚ ਤਾਂ ਨਹੀਂ ਅਤੇ ਵੇਖ ਆਪਣੇ ਸਾਰਾ ਪਰ ਵੀ ਸੋਹਣੀ ਲੱਗਦੀ ਦਾੜੀ ਨਿੱਕੀ ਨਹੀਂ ਸੋਹਣੀ ਲੱਗਦੀ ਪਿਛਲੇ ਸਾਲ ਲੈ ਵੀ ਸਨੀ ਦੀ ਡਿਮਾਂਡ ਹੈ, ਕਹਿੰਦਾ ਜਦੋਂ ਕੱਦੂ ਵਾਲੇ ਵਲੌਗ ਬਣਾਉਣੇ ਮੈਨੂੰ ਜ਼ਰੂਰ ਸੱਦਣਾ, ਇਹਨੂੰ ਆਪਾਂ ਚੱਕੜੋ ਚੁੱਕੜੀ ਕਰਨਾ ਜੀ ਉੱਥੇ, ਬੜੇ ਬੰਦੇ ਯਾਰ ਕੀ ਮੈਂ ਮਤਲਬ ਕਿ ਜਿਹੜੇ ਭਰਾ ਆਪਣੇ ਜਿਹੜੇ ਆਪਣੇ ਨਾਲ ਕਿ ਤੈਨੂੰ ਤੇਰੀ ਡੀਲਰ ਨੂੰ ਇੱਕ ਗੱਲ ਸਾਜਨ ਨਹੀਂ ਬੈਠੇ ਸੀ ਸਾਰੇ ਇਕੱਠੇ, ਉਹ ਕਹਿੰਦੇ ਇਹੀ ਨਹੀਂ ਆਉਣਾ, ਹੋਰ ਵੀ ਆਪਣੇ ਮਿੱਤਰ ਹੈਗੇ ਯਾਰ ਕਿ ਕੱਦੂ ਵਾਲੇ ਵਲੌਗ ਬਣਾਉਣੇ ਆ, ਅਤੇ ਯਾਰ ਕੀ ਨਾ ਘੱਟੋ ਘੱਟ ਹਿੱਸਾ ਚੱਲੂਗੀ ਕੱਦੂ ਵਾਲੇ ਵਲੌਗ, ਜਿਹੜੇ ਜਿੱਦਾਂ ਮਤਲਬ ਇੱਕ ਦਿਨ ਸਾਜਨ ਹੋਣੀ ਆ ਗਏ ਉਹਨਾਂ ਦਾ ਬਣ ਗਿਆ, ਅਗਲੇ ਦਿਨ ਮਤਲਬ ਤੇਰੇ ਕੇ ਵੀਰ ਭਰਾ ਆ ਗਏ ਉਹਨਾਂ ਦਾ ਬਣ ਗਿਆ, 6-7 ਦਿਨ ਹੀ ਚਲਾਉਣਾ ਕੰਮ ਯਾਰ ਕੀ ਲੰਮਾ ਚੱਲੂ ਕੰਮ, ਕਰਦੇ ਇੱਕ ਰੋਡ ਸੁਣੀ ਇੱਕ ਨੇ ਪਤਾ ਲੱਗ ਜੇ ਹੋਜੇ ਲਾਣਾ ਲਾਣਾ ਲੋਣੇ 'ਚ ਵਲਕਦਾ ਜੀ। ਬਾਸ਼ੀ ਦਾ ਮਤਲਬ ਕੀ ਹੁੰਦਾ ਆ, ਬਾਸ਼ੀ ਦਾ ਮਤਲਬ ਉਹੀ ਹੈ ਜਿਹੜੇ ਬੰਦੇ ਸਾਡੇ ਕਰਨ ਡੇ ਫਿਲਹਾਲ, ਹੈਂ ਗੱਲ ਕੀ ਆ, ਜੀ ਕਿਉਂ ਨਹੀਂ ਲੱਗਣ ਡਿਆ ਤੁਹਾਡਾ ਅੱਜ, ਕੀ ਕਹਿੰਦਾ ਜੀ, ਜੀ ਕਹਿੰਦਾ ਪਿੰਡ ਚੱਲੀ ਆ ਬਸ ਖਤਮ ਬਾਸ਼ੀ, ਲੈ ਵੀ ਬੰਦੇ ਸਾਡੇ ਮੈਂ ਨਾ ਦੇਣਾ ਜੀ ਕਲਪ ਗਏ ਉਹਨੇ, ਅੱਜ ਨਹੀਂ ਮਜ਼ਾ ਆਉਂਦਾ, ਅਸੀਂ ਜਾਵਾਂਗੇ ਕੱਲ੍ਹ ਨੂੰ, ਕੱਲ੍ਹ ਨੂੰ ਹੈਗਾ ਸੰਡੇ, ਸੰਡੇ ਕੋਲ ਜਾਏਂਗੇ, ਹੈਂ ਗੱਡੀ ਤੁਹਾਨੂੰ ਦੇ ਦੇਣੀ ਕੱਲ੍ਹ ਇੱਕ ਹੋਰ, ਤੁਸੀਂ ਕੱਲ੍ਹ ਫਿਰ ਬਾਸ਼ੀ ਕਰਦੇ ਹੋ ਅਸੀਂ ਚੱਲ ਜਾਣਾ, ਹੈਂ ਅੱਜ ਕੀ ਕਰਨੀ ਤੁਸੀਂ ਗੱਡੀ, ਕਿੱਥੇ ਜਾਣਾ ਤੁਹਾਨੂੰ, ਕੱਲ੍ਹ ਸਾਥ ਦੇ ਕੇ ਬਹਿ ਲਿਆ ਸਟਾਈਲਿੰਗ ਜਰਾਬਾ ਚੱਲੇ ਤੇ ਲੈ ਗਲੀਆਂ ਜਰਾਬਾਂ ਆਉਣੀਆਂ ਉੱਥੋਂ, ਕੋਈ ਪੈਸਾ ਨੀ ਖਰਾਬ ਕਰਨਾ, ਪੈਸਾ ਲੱਗੇ ਨੀ ਬਣ ਡਿਆ ਭੈਣ ਚ ਕੋਈ, ਹੈ ਕੀ ਲੈਣਾ ਬੱਲੇ ਬੱਲੇ ਚ, ਹੈ ਦੱਸਦੇ ਨੀ ਮੰਨਾ ਕਹਿੰਦਾ ਲਾਂਡੇ ਇੱਦਾਂ ਜਾਣਾ, ਮੈਂ ਕਿਹਾ ਮੈਂ ਗੜੀ ਕੋਟ ਪੈਂਟ ਪਾਇਆ, ਹੈਂ ਏਦਾਂ ਕੀਤਾ, ਲੋਕੀ ਆਪਣੇ ਖੁਸ਼ ਹੀ ਹੋਏ ਕਿ ਲੈ ਗਈ ਬਣੇ ਫੁੱਦੂ ਜੇ ਭੈਣ ਚੋ, ਹੈਂ ਦੱਸਦਾ ਨੀ ਉਹਦਾ ਕੋਈ ਖੁਸ਼ ਹੋਇਆ, ਕੋਈ ਦੇਖ ਕੇ ਕੋਈ ਖੁਸ਼ ਹੁੰਦਾ, ਡੇਲੋ ਭਾਈਆ ਤੁਸੀਂ ਇੱਥੇ ਵੀ, ਅਸੀਂ ਹਰ ਜਗ੍ਹਾ ਪਹੁੰਚ ਜਾਂਦੇ ਹਾਂ, ਸਾਨੂੰ ਕੋਈ ਲੱਠ ਚੜੀ ਨਹੀਂ, ਮਿੱਤਰਾ ਸਰਪੰਚ ਕਿਹੜੇ ਸੋਚੀ ਪਿਆ ਪੁੱਤ, ਕੋਈ ਗੱਲ ਨੀ ਲੈ ਜਾਂਦੇ ਪਿੰਡ, ਕੀ ਗੱਲ ਹੋ ਗਈ ਇੱਕਦਮ ਜੀ ਲਾਉਣਾ ਛੱਡ ਗਿਆ, ਹੈ ਬਾਸ਼ੀ ਖਤਮ ਹੋ ਗਈ, ਹੈ ਲੈ ਵੀ ਮਿੱਤਰਾ ਗੱਲ ਇਹਦਾ ਵਾ, ਸੋਹਣੇ ਨੋਹਣੇ ਬਣ ਗਏ ਯਾਰ ਹੁਣੀ, ਤੇ ਹੁਣ ਜਾਵਾਂਗੇ ਲਾਂਡੇ, ਤੇ ਲਾਂਡੇ ਮੁੱਲ ਤੁਹਾਨੂੰ ਪਤਾ ਸਿਰਫ ਜਰਾਬਾਂ ਲੈ ਜਾਣੀਆਂ ਸੀ, ਜਰਾਬਾਂ ਹੋਰ ਕਿਤੇ ਮਿਲੀਆਂ ਨਹੀਂ, ਇਹਦੇ ਚੱਲ ਰਹੇ ਖਾਣੇ ਵੀ ਨਹੀਂ, ਮਿੱਤਰਾ ਕੰਮ ਯੂਸੋ ਜੂਸੀ ਹੋਇਆ ਪਿਆ ਜੀ, ਸਰਪੰਚ ਨੇ ਕਿਹਾ ਸ਼ੇਕ ਨਾਲ ਪਪੀਤਾ ਸ਼ੇਕ ਚੱਲਦਾ ਪਿਆ, ਇਹ ਤੋਂ ਬਾਅਦ ਜਾਣ ਕੇ ਮੁੰਡੇ ਲਾਂਡੇ ਮਨਾ ਇਧਰ ਸਟੋਰੀਆਂ ਪਾ ਪਾ ਕੇ ਪੈਰ ਕੱਢੇ, ਜਦੋਂ ਤੇ ਨੱਚੋਂ ਦੇ ਕੇ ਪੁੱਤ ਲੈ ਅੱਧਾ ਤੇਰਾ ਅੱਧਾ ਮੇਰਾ, ਉਹ ਗਾੜੀ ਕਹਿੰਦੀ ਉਹ ਮਰਜ਼ੀ ਨਾ ਕਿ ਸੱਚੀ ਵੀ ਪਿਆ ਦੇ ਸਟੋਰੀਆਂ 'ਚ ਜਾਂ ਜਿੰਨਾ ਮੈਂ ਛੱਡਦਾ ਵਾਂ, ਹੈ ਬਈ ਮੈਂ ਜਾਂਦਾ ਨਾ 3-3 4-4 ਇੱਕੋ ਵੀ ਪੇਸ ਹੁੰਦਾ, ਨਹੀਂ ਨਹੀਂ ਜ਼ਿਆਦਾ ਤੂੰ ਸਰਪੰਚ ਲੱਗੇ ਡੇ ਪਿਆ ਦੇ, ਹੈ ਜਾ ਵੀ ਮਿੱਤਰਾ ਕਹਿੰਦੇ ਲਾਂਡੇ ਆਏ ਸੀ ਮੁੰਡੇ ਸਿਰਫ ਜਰਾਬਾਂ ਲੈਣ, ਜਰਾਬਾਂ ਲੈ ਕੇ ਬੰਦੇ ਗੋਲੀ ਹੋਣ ਲੱਗੇ ਜੇ ਤੇ ਆਪਾਂ ਨੂੰ ਫਿਰ ਲੱਗ ਜੇ ਭੁੱਖ, ਵਧੀਆ ਥਾਂ 'ਤੇ ਬਈਏ ਯਾਰ ਜਾ ਕੇ ਨਾ, ਸਾਡੀ 5 ਫੇਸ ਵਾਲੇ ਚੱਲੀ ਜੀ ਗੜ ਪਾਣੀ 'ਚ,
ਪਲੈਨ ਕਰੋ ਨਾ ਮੰਮਾ ਨੂੰ ਕਹਿ ਦੋ ਨੰਨੇ ਤੇਰੇ ਕਹਿੰਦੇ ਮੰਮਾ ਨਾਲ ਗੱਲ ਹੁੰਦੇ ਪਈ ਆ ਬਾਕੀ ਬਾਹਰ ਬੂਹ ਦਾ ਬਣ ਗਿਆ ਫਿਰ ਤਾਂ ਕਰਾਉਣਾ ਪੈਣਾ ਕਿੰਨੇ ਸਾਲਿਆ ਉਹ ਤੇਰੀ ਰਿਸ ਕਰ ਗਿਆ ਫਿਰ ਤੂੰ ਵੀ ਕਰਾਈ ਆ ਕਰਾਈ ਤੂੰ ਕਰਾਈ ਕਿ ਨਹੀਂ ਕਰਾਈ ਲਾਡੀ ਓਏ ਭੁਗਿੰਦ ਮਾਨ ਨੂੰ ਫੋਟੋ ਲਗਾਉਂਦਾ ਫਿਰਦਾ ਉਹ ਵੀ ਘਰੇ ਕੋਈ ਪੁੱਛਣ ਆਇਆ ਉਹਨਾਂ ਦੇ ਉਹ ਜਵਾਕਾਂ ਦੀ ਫੋਟੋ ਲਗਾਈ ਜਾਵੇ ਇਹ ਮੇਰੀ ਭਤੀਜੀ ਹੈ ਬੰਦੇ ਜ਼ਿਆਦਾ ਬਾਸੀ ਕਰਨੇ ਚਿਕਨ ਕਰਾ ਲਿਆ ਜ਼ਿਆਦਾ ਤੇ ਮੰਨਾ ਦੇ ਗਿਆ ਜਵਾਬ ਤੇ ਪਰ ਮੰਨੇ ਨੇ ਫਿਰ ਹੁਣ ਫਾੜ ਹੀ ਲਿਆ ਔਖੇ ਸੌਖੇ ਹੋ ਗਏ ਮੰਨਾ ਟੈਨਸ਼ਨ ਲੈ ਗਿਆ ਅਸਲ ਦੇ ਨਾ ਮੈਸੇਜ ਆ ਗਿਆ ਵੀ ਕੋਈ ਨਹੀਂ ਮੈਂ ਠੀਕ ਆ ਨੰਨੇ ਨੰਨੇ ਬਿਮਾਰ ਹੋ ਗਿਆ ਮੰਨੇ ਦਾ ਤੇ ਕੁੜੀਆਂ ਮੰਨਾ ਟੈਨਸ਼ਨ ਲੈ ਗਿਆ ਬਿਮਾਰ ਹੋ ਗਿਆ ਐ ਵੀ ਮਿੱਤਰਾ ਆਪਣਾ ਵੀ ਆ ਗਿਆ ਹੀ ਰਹਿ ਕੋਈ ਗੱਲ ਨਹੀਂ ਬਾਹਰ ਜਾ ਕਰਦੇ ਗੱਲ ਖਾ ਪੀ ਦੋ ਇੱਕ ਨਾ ਲਾਡੀ ਦਾ ਭਰਾ ਖੋਣਾ ਜਿਹੜਾ ਬਾਹਰ ਆ ਗੱਲ ਕਰਦੀ ਆ ਕਿ ਤੈਨੂੰ ਇੱਕ ਚੀਜ਼ ਵਿਖਾਉਣੀ ਮੈਂ ਲਾਗੇ ਬਾਸ਼ੀ ਹੋਣੀ ਕੁੜੀ ਲਾਗੇ ਬੈਠੇ ਨਵੇਂ ਡਾਕਟਰ ਬਜਣੇ ਮੈਂ ਕੁਛ ਖਾਣਾ ਹੈਗਾ ਬਾਕੀ ਤੁਹਾਨੂੰ ਇੱਕ ਬੰਦਾ ਵਿਖਾਉਂਦੇ ਆ ਤੁਸੀਂ ਪਛਾਣਨਾ ਵਾ ਕਿ ਉਹਦਾ ਮੰਦਲਾ ਖੀਤੇ ਪੀਂਦਾ ਹਜੇ ਅਸੀਂ ਪਹਿਲਾਂ ਨਹੀਂ ਆਪਾਂ ਦੱਸਣਾ ਨਹੀਂ ਕਿਸੇ ਮੈਨੂੰ ਮਾੜਾ ਦੱਸਿਆ ਗਿਆ ਪਰ ਫਿਰ ਵੀ ਤੁਸੀਂ ਪਛਾਣ ਕੇ ਦੱਸਣਾ ਵਾ ਕਿ ਇਹ ਵੇਖ ਲਓ ਪਹਿਲਾਂ ਲੁੱਕ ਬੰਦੇ ਦੀ ਆਹ ਹੁੰਦੀ ਉਹ ਲੁੱਕ ਵਧੀਆ ਸੀ ਕਿ ਹੁਣ ਲੁੱਕ ਵਧੀਆ ਵਾ ਇਹ ਤੁਸੀਂ ਗੱਲ ਸਾਨੂੰ ਦੱਸਣੀ ਆ ਕਿ ਉਹ ਪਹਿਲਾਂ ਲੁੱਕ 'ਚ ਨੂੰ ਲੈ ਆਈ ਇਹ ਕਿ ਜਾਂ ਠੀਕ ਆ ਹੁਣ ਹੋਣ ਲੱਗ ਪਈ ਸਾਡਾ ਭਰਾ ਵਾ ਪਰ ਉਹ ਸਾਨੂੰ ਕਿਸੇ ਦੀ ਵੀਡੀਓ ਭੇਜਦੀ ਆ ਕਹਿੰਦੇ ਇਹ ਬੰਦਾ ਉਹ ਹੀ ਨਹੀਂ ਮੈਂ ਲੈ ਪਰ ਅਸੀਂ ਇਹਨੂੰ ਪੁੱਛਿਆ ਸੀ ਜਾਵੇ ਗਾੜੀ ਉਹ ਮੈਂ ਹੁਣ ਤੁਹਾਨੂੰ ਇੱਕ ਪੁੱਛ ਲਈ ਵਿਖਾ ਕੇ ਉਹ ਵੀ ਤੁਸੀਂ ਆਪਣੇ ਭਰਾ ਜੇ ਤੁਸੀਂ ਆਪਣੇ ਨੂੰ ਕਹਿੰਦੇ ਜੀ ਤੁਹਾਡੀ ਸਲਾਹ ਲੈਣੀ ਬਣਦੀ ਸਾਡੀ ਹੈ ਨਾ ਬਹੁਤ ਜ਼ਰੂਰੀ ਹੈ ਸਲਾਹ ਲੈਣੀ ਇਸ ਕਰਕੇ ਅਸੀਂ ਫਲੈਟ ਪਹੁੰਚਾਂਗੇ ਹੁਣ ਫਲੈਟ ਪਹੁੰਚ ਕੇ ਲੀਡਰ ਤਾਂ ਅਸੀਂ ਇੱਥੋਂ ਆਪਣਾ ਚੁੱਕਾਂਗੇ ਅਤੇ ਚੁੱਕਣ ਤੋਂ ਬਾਅਦ ਜੋ ਥੱਲੇ ਆਵਾਂਗੇ ਥੱਲੇ ਆ ਕੇ ਤੁਹਾਨੂੰ ਉਹ ਭਰਾ ਆਪਣਾ ਵਿਖਾਵਾਂਗੇ ਫਿਰ ਨੀਂਦ ਆ ਜਾਣੀ ਨਹੀਂ ਸੌਣ ਜੀ ਕਰਨਾ ਪੈ ਜਾ ਵਰਕਆਊਟ ਹੋ ਗਿਆ ਜੀ ਓਕੇ ਰਿਪੋਰਟ ਅੱਜ ਹੈਗਾ ਸੀ ਡੋਲੇ ਦਾ ਤੇ ਨਾਲ ਹੈਗਾ ਸੀ ਬੈਕ ਦਾ ਤੇ ਗੁੱਟ ਜੇ ਨਾ ਇੰਨੇ ਕੁ ਜ਼ਿਆਦਾ ਅਕੜੇ ਪਏ ਯਾਰ ਤੁਹਾਨੂੰ ਦੱਸ ਨਹੀਂ ਸਕਦਾ ਸਾਡੀ ਬਾਹ ਨਹੀਂ ਰਹਿ ਗਈ ਹੁਣ ਲਾਉਣ ਦੀ ਹਾਂ ਵੀ ਮੰਨੇ ਕੀ ਮਾਹੌਲ ਆ
ਲੈ ਵੀ ਬੰਦੇ ਨੂੰ ਕੜਲਾਂ ਪੈਣਗੀਆਂ ਜੀ, ਬੁਰੇ ਹਾਲ ਜੇ ਹੈ। ਪਰ ਨਹੀਂ ਜਿਹੜੀ ਆਪਾਂ ਲਾਸਟ ਦੇ ਲਾਈ ਨਾ ਫੋਰ ਆਰਮ ਦੇਖਸਾ ਜੀ, ਮੈਨੂੰ ਪਤਾ ਕੀ ਮੇਰਾ ਪਤਾ ਕੀ ਇਰਾਦਾ ਸੀ, ਮੈਂ ਫੋਰ ਆਰਮ ਲਾ ਕੇ ਨਾ ਬਾਅਦ 'ਚ ਲਾਵਾਂਗੇ, ਭਾਵੇਂ ਬਾਅਦ ਲੱਗੀ ਨਹੀਂ, ਮੈਂ ਚਪਲਾਂ ਕੱਢਦੇ ਮੇਰੀਆਂ ਕਾਤ 'ਚ ਆਵਾਂ ਮੈਂ ਬੂਟ ਲਾਵਾਂ, ਕਿਉਂਕਿ ਮੈਂ ਨਾ ਮੈਨੂੰ ਕਈ ਕਹਿ ਵੀ ਦੇਣ ਕਿ ਚੱਲ ਮੈਂ ਕਦੀ ਕਦੀ ਤਿਆਰ ਹੁੰਦਾ, ਮੈਨੂੰ ਵੀ ਕਹਿ ਦੇਣਗੇ ਬਾਈ ਤੂੰ ਤਿਆਰ ਤਰੂ ਕਰਿਆ ਕਰ, ਹੁਣ ਵੀ ਆਪਾਂ ਤੇਰੇ ਸਾਹਮਣੇ ਚਲਾਂਟੇ ਗਿਆ ਆਪਾਂ ਚਪਲਾਂ ਚੁਪਾਂ 'ਚ ਹੋਏ ਹਾਂ, ਹੈ ਨਾ ਜਿੱਦਾਂ ਕੰਫਰਟ ਰਹਿਣਾ ਜੀ ਰਹਿੰਦਾ ਬੰਦਾ ਉੱਦਾਂ ਜਾਣਾ ਚਾਹੀਦਾ ਹੈ ਨਾ, ਆਵੇ ਆ ਗਏ ਕਾਰ 'ਚ ਬੰਦੇ ਹੈ। ਪਰ ਗੁਰੂ ਆ ਨਹੀਂ ਸਹੀ ਗੱਲ ਦੱਸਣਾ, ਮੈਂ ਮੇਰਾ ਪਤਾ ਕੀ ਲੱਗਦਾ ਸੀ, ਮੈਂ ਫੋਰ ਆਰਮ ਲਾ ਕੇ ਨਾ ਪਹਿਲਾਂ ਫਿਰ ਆਪਾਂ ਇੱਕ ਸੈੱਟ ਲਾਵਾਂਗੇ ਬਾਅਦ 'ਚੋਂ, ਉਹ ਤਾਂ ਆਕੜ ਗਈਆਂ ਬਾਹਾਂ ਗੁਰੂ ਆ। ਹਾਂ ਭਾਈ ਉਹਨੇ ਖੋਜ ਅੱਜ ਹੈ ਦੱਸ ਦੇ ਨਹੀਂ, ਮੈਸੇਜ ਮੁਸੀਜ ਆਇਆ ਕਿ ਬੁੱਢੀ ਦਾ ਲੱਗਦਾ ਮੈਨੂੰ ਸਾਡੇ ਮਨ ਮਿੱਤਰਾਂ ਵਰਕਆਊਟ ਕਰ ਲਿਆ ਮੁੰਡਿਆਂ ਨੇ, ਓਕੇ ਰਿਪੋਰਟ, ਦੋ ਮੈਂਬਰ ਰਹਿ ਗਏ ਬਸ, ਅਸੀਂ ਕਿਸੇ ਦਿਨ ਵੀ ਵਿਆਹ ਜਾਣਾ ਮੈਂ ਇਕੱਲੇ ਰਹਿ ਜਾਣਾ ਹੈ, ਤਾਂ ਕਰਕੇ ਮੈਂ ਇਕੱਲੇ ਤੁਰਨ ਫਿਰਨ ਦੀ ਆਦਤ ਪਾਈ ਭਾਈ, ਜਿੱਦਣ ਮੰਨਾ ਸਾਥ ਛੱਡ ਜੂਗਾ ਤੈਨੂੰ ਪਤਾ ਠੀਕ ਹੈ, ਇੱਕ ਆਉਂਦੀ ਆ ਰਕਾਨ ਇੱਕ ਜਾਂਦੀ ਆ ਸਾਰੀਆਂ, ਜਿੱਦਣ ਮੰਨੇ ਦਾ ਵਿਆਹ ਜਿੱਦਣ ਮੰਨਾ ਬਾਹਰ ਚ ਲੱਗਿਆ, ਹੁਣ ਮੈਨੂੰ ਕਈ ਪੁੱਛਦੇ ਹੁੰਦੇ ਬਈ ਉਹ ਬੰਦਾ ਕਿੱਥੇ ਆ ਬੰਦਾ ਕਿੱਥੇ, ਬਈ ਅਗਲੇ ਨੇ ਵਿਆਹ ਕਰਾਏ ਆ, ਘਰ ਬਾਹਰ ਆ, ਕੋਈ ਬਾਹਰ ਚ ਲੱਗਿਆ, ਕੋਈ ਕਿਸੇ ਪਾਸੇ ਸੈੱਟ ਹੋ ਗਿਆ, ਕਿਸੇ ਨੂੰ ਮੈਂ ਚੰਗਾ ਲੱਗਣ ਮਰ ਗਿਆ, ਜਿੱਦਾਂ ਜਿੱਦਾਂ ਕਿਤੇ ਸੁਧਰਨਾ ਚੱਲ ਜਾਂਦਾ ਬਈ, ਜਿਹਨੇ ਦਾਣਾ ਪਾਣੀ ਨਾਲ ਲਿਖਿਆ ਖਾ ਲੈਂਦੇ ਆ ਹਨਾ ਗੁੱਸੇ ਨਾਲ ਜੀ, ਕੋਈ ਰਾਣੀ ਸੁੰਦਰਾ ਮਾਰਦੀ ਚਮਕਾਂ। ਅੱਜ ਮੈਂ ਅਸਲ 'ਚ ਕੁਛ ਚੀਜ਼ਾਂ ਵੇਖੀਆਂ, ਗੱਡੀ ਨਾ ਹੇਅਰ ਮਾਸਟਰ ਦੇ ਬਾਹਰ ਲੱਗੀ ਅਤੇ ਅਸੀਂ ਨਾ ਹੋਰ ਵੀ ਗੱਡੀ 'ਚ ਬੈਠੇ ਸਾਡੇ ਕੋਲ ਥਾਰ ਸੀ, ਅੱਜ ਜਦੋਂ ਹੇਅਰ ਮਾਸਟਰ ਲੋਕ ਬਾਹਰ ਨਿਕਲਦੇ ਸੀ ਨਾ ਇਹਦੇ ਘੇਰੇ ਘੇਰੇ ਇੱਕ ਘੁੰਮ ਕੇ ਵਹਿੰਦੇ ਸੀ, ਅਤੇ ਮੈਂ ਥਾਰ 'ਚ ਬੈਠਾ ਜਦੋਂ ਵੇਖਣ ਡਿਆ ਮੈਨੂੰ ਬੜਾ ਸਵਾਦ ਆਉਣ ਡਿਆ ਸੀ, ਮਨੇ ਉਹ ਸੀਨ ਜਿਹੜੇ ਅੱਜ ਹੋਏ ਆ ਜਦੋਂ ਆਪਾਂ ਥਾਰ 'ਚ ਬੈਠੇ ਲੋਕ ਰੂਬੀ ਗਾਉਂਦੇ ਘੇਰੇ ਘੇਰੇ ਆ ਵਹਿੰਦੇ, ਨਜ਼ਾਰਾ ਕਿੰਨਾ ਆਉਂਦਾ ਜਦੋਂ, ਜ਼ਿਆਦਾ ਸਵਾਦ ਆਉਂਦਾ, ਪੈਸੇ ਲੱਗਦਾ ਮੁੱਲ ਮੋੜਦੀ ਰਾਣੀ ਸੁੰਦਰਾ ਸਾਡੀ ਹੈ, ਹਜੇ ਤਾਂ ਜਾਣ ਮੇਰੀ 26 ਇੰਚ ਪੈਣੇ ਆ, ਹਜੇ ਤਾਂ ਕੱਲ੍ਹ ਨੂੰ ਗੱਲਾਂ ਕਰਾਉਣੀਆਂ, ਇਹਦੇ ਬੜੀ ਜ਼ਿਆਦਾ ਮੋਟੀਵੇਸ਼ਨ ਇਹਦੀ ਕਰਾਉਣੀ ਆ, ਹਜੇ ਚੀਜ਼ਾਂ ਦੀ ਇਹੋ ਜਿਹੀਆਂ ਮੈਂ ਸੋਚੀਆਂ ਬੈਠਾ ਨਾ ਜਿਹੜੀਆਂ ਇੰਡੀਆ 'ਚ ਮਿਲਦੀਆਂ ਨਹੀਂ ਬਾਹਰੋਂ ਮਿਲਦੀਆਂ, ਜਦੋਂ ਸਾਡਾ ਹਜੇ ਤਾਂ ਮਨਿੰਦਰ ਬਾਹਰ ਗਿਆ ਵਾ, ਹਜੇ ਇੱਕ ਦੋ ਬੰਦੇ ਸਾਡੇ ਹੋਰ ਬਾਹਰ ਜਾਣੇ ਆ, ਜਦੋਂ ਬਾਹਰ ਛਿੜ ਗਏ ਨਾ ਹਜੇ ਮਨਿੰਦਰ ਹਜੇ ਥੋੜ੍ਹਾ 20 ਚੱਲਣ ਡਿਆ, ਉਹ ਤੈਨੂੰ ਪਤਾ ਵੀ ਬੜੀ ਉਮਤਰੀ ਚੀਜ਼ ਉਹਨੇ ਲੱਭ ਲੈਣੀ ਆ, ਉਹ ਬੜੀ ਕੁੱਤੀ ਚੀਜ਼ ਆ ਵੀ ਬੰਦਾ ਸਾਡਾ ਜਿੱਦਾਂ ਦਿਲਜੀਤ ਦਾ ਗਾਣਾ ਨਹੀਂ ਆਇਆ ਹੈ, ਜੱਟ ਬੜੀ ਕੁੱਤੀ ਚੀਜ਼ ਆ, ਹੈ ਬੰਦੇ ਸਾਡੇ ਸਾਰੇ ਉਮਤਰੇ ਹੀ ਆ, ਬਸ ਇੱਕ ਟਾਈਮ ਲੱਗਣ ਦੀ ਗੱਲ ਹੁੰਦੀ ਆ, ਸਾਡਾ ਟਾਈਮ ਲੱਗਾ ਰੂਬੀ ਕੋਲ ਲੈਣ ਦੀ, ਸਾਡਾ 40 ਦਿਨ ਟਾਈਮ ਲੱਗਾ ਮਾਲੀ, ਅਸੀਂ 40 ਦਿਨਾਂ ਲਿਆਂਦੀ 40 ਦਿਨਾਂ 'ਚ ਬਾਬੇ ਦੀ ਮਿਹਰ ਨਾਲ, ਹੈ ਲਾਗੇ ਸੋਹਾਣਾ ਸਾਹਿਬ ਗੁਰਦੁਆਰਾ ਸਾਹਿਬ ਆ, ਮੈਂ ਝੂਠ ਨਹੀਂ ਬੋਲਦਾ, ਮੈਂ ਗੱਡੀ 40 ਦਿਨਾਂ 'ਚ ਲਿਆਂਦੀ ਆ, ਮੈਂ ਇੱਥੇ ਰਿਹਾ ਮਾਲੀ, ਘਰ ਮਾਰੀ ਮੋਟੀ ਮੇਰੀ ਤੂੰ ਮੈਂ ਹੋ ਗਈ, ਗਰਾਰੀ ਫਸ ਗਈ, ਗਰਾਰੀ 'ਚ ਆਈ ਹੈ, ਬਾਕੀ ਜਦੋਂ ਮੈਂ ਹਜ਼ੂਰ ਸਾਹਿਬ ਗਿਆ ਸੀ ਉੱਥੇ ਮੈਂ ਸਹਿ ਸੁਭਾਈ ਗੁਰੂ ਮਹਾਰਾਜ ਦੇ ਦਰਸ਼ਨ ਜਦੋਂ ਕਰਨ ਗਿਆ, ਮੈਂ ਸਹਿ ਸੁਭਾਈ ਕਿਹਾ ਮੈਂ ਸੱਚੇ ਪਾਤਸ਼ਾਹ ਅਗਲੇ ਸਾਲ ਨਵੀਂ ਗੱਡੀ 'ਤੇ ਆਊਂਗਾ, ਪਰ ਮੈਨੂੰ ਇਹ ਨਹੀਂ ਪਤਾ ਸੀ ਕਿ ਇਹ ਗੱਡੀ 'ਤੇ ਜਾਊਂਗਾ, ਮੈਂ ਹਜ਼ੂਰ ਸਾਹਿਬ ਆਪਾਂ ਜਾਣਾ ਵਾ, ਜਿੱਦਣ ਦਾ ਨੰਬਰ ਲੱਗ ਗਿਆ ਉਸ ਤੋਂ ਬਾਅਦ ਗੁਰੂ ਮਹਾਰਾਜ ਦਰਸ਼ਨ ਮੇਲੇ ਕਰਨ ਜਾਵਾਂਗੇ, ਇਹ ਉਹ ਮਾਲਕ ਨੇ ਦਿੱਤੀ ਆ, ਆਪਣੀ ਨਹੀਂ ਕਾਦ ਨਹੀਂ ਭਾਈ, ਆਪਾਂ ਤਾਂ ਗੱਲ ਕਰਦੇ ਹਾਂ ਸਿੱਧੀ ਸੱਚੀ, ਸਾਡੀਆਂ ਕਈ ਸੱਚੀਆਂ ਗੱਲਾਂ ਸਹੀ ਗੱਲਾਂ ਵੀ, ਕਿਸੇ ਨੂੰ ਚੁੱਭਦੀਆਂ ਤਾਂ ਉਹਦੇ 'ਚ ਸਾਡਾ ਕੋਈ ਕਸੂਰ ਨਹੀਂ ਹੈ, ਸਾਡੀਆਂ ਮਾੜੀ ਮੋਟੀਆਂ ਜਿਹੜੀਆਂ ਸਹੀ ਗੱਲਾਂ ਉਹਦਾ ਵੀ ਕੋਈ ਉੜਦਾ ਤੀਰ ਲੈ ਲੈਂਦਾ ਵਾ, ਇਹ 'ਚ ਸਾਡੀ ਕੋਈ ਗਲਤੀ ਨਹੀਂ ਆ, ਹੈ ਜਿਨ੍ਹਾਂ ਨੂੰ ਅਸੀਂ ਰੜਕਦੇ ਹਾਂ ਸਾਡੇ ਬਲੌਗ ਨਾ ਵੇਖਿਆ ਕਰੋ, ਦੋਵਾਂ 'ਚੋਂ ਰੜਕਦੇ ਹਾਂ, ਅਤੇ ਉਹਨਾਂ ਨੂੰ ਬੇਨਤੀ ਆ ਕਿ ਸਾਡੇ ਬਲੌਗ ਨਾ ਵੇਖੋ, ਸਾਡੇ 'ਤੇ ਨਿਗਾਹ ਨਾ ਰੱਖੀ ਜਾਵੇ, ਸਮਝ ਲਓ ਅਸੀਂ ਢੱਡ ਦੀ ਮਰੇ ਹੋਏ ਹਾਂ, ਹੱਥ ਜੋੜ ਕੇ ਬੇਨਤੀ ਆ, ਠੀਕ ਆ ਤੁਸੀਂ ਆਪਣਾ ਕੰਮ ਕਰੋ, ਅਸੀਂ ਆਪਣਾ ਕਰਨ ਡੇ ਹਾਂ, ਕਿਉਂ ਬਈ ਕੀ ਕਹਿੰਦਾ, ਫਨ ਕਰੋ, ਚਿੱਲ ਕਰੋ, ਚੱਲ ਵੀ ਮਨੇ ਡਾਰਲਿੰਗ ਕੁਝ ਖਾਈਏ ਪੀਏ, ਭੁੱਖ ਬਹੁਤ ਜ਼ਿਆਦਾ ਲੱਗੀ ਆ, ਹੈਂ ਲੈ ਵੀ ਮਿੱਤਰਾ ਜਿੰਮ ਲਾਉਣ ਤੋਂ ਬਾਅਦ ਜਿਹੜਾ ਮੇਨ ਕੰਮ ਹੈ ਡਾਇਟ ਦਾ ਵਾ, ਐਕਸਰਸਾਈਜ਼ ਆਪਾਂ ਲਾ ਕੇ ਜੇ ਡਾਇਟ ਨਾ ਖਾਧੀ ਤਾਂ ਐਕਸਰਸਾਈਜ਼ ਲਾਈਦਾ ਕੋਈ ਫਾਇਦਾ ਨਹੀਂ ਜੇ ਸਰੀਰ ਭਾਂਡੇ 'ਚ ਵੜ ਜਾਂਦਾ ਜੀ, ਸੋ ਮੇਰੀ ਜਾਨ ਐਕਸਰਸਾਈਜ਼ ਲਾ ਕੇ ਡਾਇਟ ਦਾ ਵੀ ਪੂਰਾ ਪੂਰਾ ਧਿਆਨ ਰੱਖਿਆ ਕਰੋ ਮੇਰਾ ਭਰਾ, ਜਿਹੜੇ ਨਹੀਂ ਲਾਉਂਦੇ ਐਕਸਰਸਾਈਜ਼ ਲਾਇਆ ਕਰੋ, ਹੈ ਨਾ ਆਪਣੇ ਆਪ ਨੂੰ ਜਗਾਓ ਮੇਰਾ ਭਰਾ, ਹੈ ਨਾ ਇਹੋ ਜਿਹੀ ਚੀਜ਼ ਆ, ਇਹ ਵਰਕਆਊਟ ਕਰਾਂਗੇ ਨਾ ਤਾਂ ਇਹ ਆਪਣਾ ਹੀ ਕਹਿਣਾ ਵਾ, ਸਰੀਰ ਆਪਣਾ ਹੀ ਕਹਿਣਾ, ਆਪਣਾ ਹੀ ਸਰੀਰ ਬਣਨਾ, ਇਹਦੇ 'ਚ ਕਿਸੇ ਦਾ ਨਹੀਂ ਕੋਈ ਵੀ ਚੱਕਰ, ਹੈ ਨਾ ਵੀ ਇੱਧਰ ਬੀਬੀ ਨੇ ਲਾਇਆ ਫੋੜਾ ਖਿੱਚਣ ਆਪਣੇ ਨਾਲ ਦੇ ਨੂੰ, ਦੋ ਖਿੱਚਣ ਡੇ ਵਿਚਾਰਾ,
ਪ੍ਰਭਾਵ ਚੰਗਾ ਪਾਉਣ ਡੀ ਕਹਿੰਦੀ ਖਿੱਚ ਫੋਟੋ ਮਰ ਜਾਣੇ ਖਿੱਚਣੀਆਂ ਪੈਣੀਆਂ ਵੀਰ ਜੇ ਕਰਨਾ ਹੀ ਪੈਂਦਾ ਵਾ ਅਤੇ ਗੱਲ ਮੈਂ ਕਹਦੀ ਆ ਕਿ ਜਾਣ ਮੇਰੀ ਡਾਇਟ ਸ਼ਾਇਟ ਖਾਈਏ ਪਰ ਬੰਦੇ ਵੇਖੀ ਕਿੱਥੇ ਸਾਡੇ ਦੋ ਬੰਦੇ ਸਾਡੇ ਗੈਪ 'ਚ ਹੈ ਲੇਂਡੀ ਅਤੇ ਚੁਸਕੀ ਦੋ ਬੰਦੇ ਸਾਡੇ ਗੈਪ 'ਚ ਉਹਨੂੰ ਲੱਭਾਂ ਪਹਿਲਾਂ ਮੈਂ ਜਾ ਕੇ ਕਿੱਥੇ ਆ ਉਹ ਹੈ ਪੂਰੀ ਬਾਦਸ਼ੀ ਕਰਨ ਡੇ ਆ ਉਹ ਕੀ ਕਹਿੰਦਾ ਅਤੇ ਬਾਕੀ ਮਿੱਤਰੋ ਵੀਰਾਂ ਦੇ ਕਮੈਂਟ ਆਏ ਕਹਿੰਦੇ ਬਾਈ 500 ਵੀਡੀਓ ਆਪਣੀਆਂ ਯੂਟਿਊਬ 'ਤੇ ਪੂਰੀਆਂ ਹੋ ਗਈਆਂ ਜਾਣ ਮੇਰੀ ਕਿਆ ਬਾਤਾਂ ਹੀ ਪਈਆਂ ਬੜਾ ਧਿਆਨ ਰੱਖਦੇ ਤੁਸੀਂ ਹੈ ਹਜੇ ਮੇਰੇ ਕੋਲ ਉੱਦਾਂ ਠੋਕਵੇਂ ਵਲੋਗ ਨਹੀਂ ਪੈਣ ਡੇ ਜੇ ਮੈਂ ਥੋੜ੍ਹਾ ਜਿਹਾ ਨਾ ਬਿਜ਼ੀ ਚੱਲਣ ਡਿਆ ਹਜੇ ਹੈ ਨਾ ਅਤੇ ਗੱਲ ਕਾਹਦੀ ਫਿਰ ਹੀ ਆਪਣੀ 500 ਵੀਡੀਓ ਪੂਰੀ ਹੋ ਗਈ ਹੈ ਅਤੇ ਮੈਂ ਨਾ ਕਾਹਨੂੰ ਗੱਲਾਂ ਹੋ ਗਈਆਂ ਤਾਂ ਮੈਂ ਇੰਨਾ ਪਿਆਰ ਦਿੱਤਾ 500 ਵੀਡੀਓ ਅਤੇ 5 ਲੱਖ ਸਬਸਕ੍ਰਾਈਬਰ ਕਿਆ ਬਾਤ ਹੋਈ ਪਈ ਆ ਹੈ ਕਾਹਨੂੰ ਗੱਲਾਂ ਹੋਈਆਂ ਪਈਆਂ ਅਤੇ ਬਾਕੀ ਬਹੁਤ ਬਹੁਤ ਧੰਨਵਾਦ ਬਾਈ ਤੁਹਾਡਾ ਵੀ ਮਿੱਤਰਾ ਟੂ ਮੱਚ ਰਸ਼ ਜਿੱਥੇ ਪਹੁੰਚਣਾ ਹੁੰਦਾ ਆਪਾਂ 5 ਮਿੰਟਾਂ 'ਚ ਆਪਾਂ ਨੂੰ 15-20 ਮਿੰਟ ਲੱਗਦੇ ਜਾਣ ਲੱਗਿਆ ਬੰਦੇ ਨੂੰ ਜ਼ਿਆਦਾ ਭੁੱਖ ਲੱਗੀ ਆ ਅਤੇ ਕੀ ਬੰਦਾ ਕਰੇ ਹਵਾ ਨਹੀਂ ਪੂਰੇ ਖੁਸ਼ ਹੋ ਗੱਲ ਅੰਮ੍ਰਿਤਸਰ ਜਾਣ ਦੇ ਨਾਲ ਨੂੰ ਬੰਦੇ ਪੂਰੇ ਖੁਸ਼ ਆ ਕਹਿੰਦੇ ਉੱਥੇ ਜਾ ਕੇ ਬਾਦਸ਼ੀ ਕਰਨੀ ਆ ਲੈ ਵੀ ਮਿੱਤਰਾ ਗੱਲ ਕਰਦੀ ਹੈ ਕਿ ਜਾ ਕੇ ਦੋ ਕੰਮ ਨੇ ਆਪਾਂ ਕਰਨੇ ਇੱਕ ਤਾਂ ਲਾਉਣਾ ਵਾਲੀਬਾਲ ਦਾ ਨੈੱਟ ਅਤੇ ਦੂਜਾ ਪਾਉਣਾ ਆਪਾਂ ਟੋਜਣ ਵਾਲਾ ਬਲੋਗ ਤੀਜਾ ਜਾਣਾ ਸ਼ੇਰੇ ਦੇ ਪਿੰਡ ਮਾਮੇ ਵਾਲੇ ਦੇ ਉਹਨੂੰ ਫਿਰ ਸਾਹਿਬ ਦਾ ਹੀ ਮਿਲਾ ਬੈਠਾ ਅਤੇ ਉਹ ਕਹਿੰਦਾ ਕਿ ਨਹੀਂ ਪਿਛਲੀ ਵਾਰ ਕੋਈ ਸੇਵਾ ਨਹੀਂ ਹੋਣੀ ਹੋਈ ਮੈਂ ਭਰਾ ਸੇਵਾ ਕਰਨ ਥੋੜ੍ਹੀ ਆਈਦੇ ਆ ਭਰਾ ਦੇ ਕੋਲ ਆਏ ਹਾਂ ਅਤੇ ਪਲ ਬਾਕੀ ਤੇਰੀ ਮੈਂ ਮਰਜ਼ੀ ਆ ਕੋਈ ਨਹੀਂ ਗੈਂਗ ਤਾਂ ਮੈਂ ਵਿਹਲੀ ਫਿਰ ਆਜੂਗੀ ਕੋਈ ਗੱਲ ਨਹੀਂ ਅਤੇ ਗੱਲ ਕਰੀ ਕਿ ਜਾ ਕੇ ਵੇਖਾਂ ਕੀ ਮਾਹੌਲ ਬਣਦਾ ਹੈ ਨਾ ਪਰ ਟੋਚਣ ਵਾਲਾ ਬਲੋਗ ਤਾਂ ਪੱਕਾ ਕੱਢਾਂਗੇ ਨਾ ਉਹ ਤੁਸੀਂ ਬੇਫਿਕਰ ਹੋ ਜਾਓ ਅਤੇ ਵਾਲੀਬਾਲ ਦੀ ਨੈੱਟ ਵਾਲਾ ਵੀ ਪੱਕਾ ਕੱਢਾਂਗੇ ਆਪਾਂ ਇਹ ਦੋ ਚੀਜ਼ਾਂ ਤਾਂ ਆਪਾਂ ਕਰਨੀਆਂ ਹੀ ਕਰਨੀਆਂ ਚੱਲ ਵੇ ਭਾਈ ਲੈ ਵੀ ਮਿੱਤਰਾ ਡਾਇਟ ਸ਼ਾਇਟ ਲੈ ਲਈ ਮੁੰਡਿਆਂ ਕਹਿੰਦੇ ਚਲੀ ਹੁਣ ਫਲੈਟ ਦੇ ਵਿੱਚ ਜਾ ਕੇ ਟੀਵੀ ਟੂਵੀ ਵੇਖੀ ਇਹਦੇ ਸਰਪੰਚ ਹੋਣਾਂ ਨੇ ਔਡਰ ਮੰਗਾਇਆ ਕਹਿੰਦਾ ਬਾਈ ਸਾਡਾ ਕੁਛ ਖਾਣ ਨੂੰ ਲੈ ਉਹ ਖਾਣ ਪੀਣ ਦਾ ਜਿਗਾੜ ਪਾਣੀ ਸਾਡਾ ਫਲੈਟ 'ਚ ਹੀ ਕਰ ਦਿਓ ਹੈ ਤਾਂ ਮੈਂ ਆ ਗਿਆ ਮੇਰੀ ਜਾਣੇ ਬੋਲ ਲੈ ਵੀ ਮਿੱਤਰਾ ਸਫਾਈਆਂ ਦੇਣੀਆਂ ਪੈਂਦੀਆਂ ਬੰਦੇ ਨੂੰ ਕੱਲ੍ਹ ਕਿੱਥੇ ਅਸੀਂ ਮਰ ਜਾਣੇ ਆ ਬੰਦੇ ਨੇ ਸਾਰਾ ਦਿਨ ਮੱਛਰ ਲੜਾਉਂਦੇ ਰਹੇ ਆ ਰਾਤ ਵੀ ਮੱਛਰ ਲੜਾਉਂਦੇ ਰਹੇ ਆ ਜਨਾਨੀ ਨਾਲ ਸ਼ੱਕ ਕਰਨ ਡੀ ਹੈ ਕਹਿੰਦੀ ਕੱਲ੍ਹ ਕਿੱਥੇ ਹੀ ਦੱਸ ਮੈਨੂੰ ਕਿੱਥੇ ਕੀ ਬੰਦਾ ਸਫਾਈ ਦਊਗਾ ਉਹ ਕਹਿੰਦਾ ਬਲੋਗ ਵੇਖ ਲਈ ਬਲੋਗ 'ਚ ਹੈਗਾ ਨਹੀਂ ਅਸੀਂ ਗਏ ਲੁਧਿਆਣੇ ਕਿ ਵਿਚਾਰੇ ਥੱਲੇ ਬੈਠੇ ਬੁੱਠੇ ਰਹੇ ਕਦੇ ਫਿਰ ਹੈ ਚਿੱਲ ਕਰਦੇ ਰਹੇ ਪਰ ਚਿੱਲ ਗਲਤ ਨਹੀਂ ਕੀਤਾ ਪਰ ਜਦੋਂ ਬੁੱਢੀ ਦੇ ਦਿਮਾਗ 'ਤੇ ਚੜ੍ਹ ਜੇ ਨਾ ਉਹ ਸਫਾਈ ਦੇਣੀ ਬਹੁਤ ਜ਼ਿਆਦਾ ਔਖੀ ਹੈ ਦੇ ਸਫਾਈਆਂ ਭਾਈ ਮਨਾ ਸੱਜੀ ਆਪਣੀ ਨੂੰ ਔਨ ਕੈਮਰਾ ਵਾ ਉਹ ਕੈਮਰਾ ਹੋਰ ਬੜਾ ਮੁੱਦਾ ਚੱਲਣ ਡਿਆ ਜੇ ਮੈਨੂੰ ਜਦੋਂ ਮੈਂ ਕੈਮਰਾ ਔਨ ਕਰਦਾ ਫਿਰ ਮਨਾ ਕਰਨ ਜਾਂਦਾ ਚੁੱਪ ਦੂਜੇ ਬੰਦੇ ਨੂੰ ਕਹਿਣਗੇ ਤੁਸੀਂ ਗਲਤ ਜੇ ਭਾਈ ਹੈ ਮੈਂ ਹੈਰਾਨ ਆ ਗੁਰੂ ਆ ਵੇਖ ਕੇ ਮੈਂ ਹਿਸਾਬ ਦਾ ਹੋਮਲੈਂਡ ਦੇ ਲਾਗੇ ਮਾਰਕੀਟ ਬਣੀ ਆ ਜਿਹੜੇ ਭਰਾ ਇੱਥੇ ਆਉਂਦੇ ਉਹਨਾਂ ਨੂੰ ਪਤਾ ਹੋਊਗਾ ਤਾਂ ਮੈਂ 90 ਬਣਾਇਆ ਉਹਨਾਂ ਨੇ ਅਤੇ ਉਹ 90 ਦੇ ਦੂਜੇ ਪਾਸਿਓਂ ਗੱਡੀਆਂ ਲਈ ਆਉਂਦੇ ਆ ਮੇਰੇ ਹਿਸਾਬ ਨਾਲ ਜੇ ਆਪਾਂ ਉੱਤੋਂ ਦੀ ਘੁੰਮ ਗਏ ਤਾਂ ਵੱਧ ਤੋਂ ਵੱਧ 2 ਮਿੰਟ ਦਾ ਫਰਕ ਪੈਂਦਾ ਚੰਗੇ ਭਲੇ ਬੰਦੇ ਫੈਮਲੀ ਵਾਲੇ ਗੱਡੀਆਂ 'ਚ ਬੈਠੇ ਆ ਅਤੇ ਬਜਟ ਜੋ ਰਸ਼ ਆ ਪੈ ਜਾਂਦਾ ਫਿਰ ਮੂੰਹ ਵਾਲੇ ਵੇਖੀ ਜਾਣਗੇ ਕਿ ਕਰੀਏ ਕੀ ਹੁਣ ਕਰਨਾ ਸ਼ਿਕੂ ਹੁੰਦਾ ਪਹਿਲਾਂ ਭੈਣ 'ਚ ਫੁੱਦੂ ਵਾਂਗ ਕੁੜੀ ਆਵੇ ਰੋਂਗ ਸਾਈਡ ਲੈ ਆਉਂਦੇ ਜੇ ਭੈਣ 'ਚ ਮਾੜੀ ਮੋਟੀ ਬੰਦੇ ਨੂੰ ਇੰਨੀ ਤੱਕ ਹੁੰਦੀ ਬੰਦੇ ਨੂੰ ਯਾਰ ਮੈਂ ਰੋਂਗ ਸਾਈਡ ਨਹੀਂ ਜਾਣਾ ਇਹ ਗਾੜੀਆਂ ਕੋਈ ਗੱਡੀ ਆ ਗਈ ਗਾੜੀ ਗੱਡੀ ਵਾਲਾ ਕੋਈ ਅੜ ਗਿਆ ਬਾਅਦ 'ਚ ਨਾਲੇ ਐਵੇਂ ਗਫਾ ਲਊਂਗਾ ਹੈ ਨਾ
ਪਤਾ ਨਹੀਂ ਕਿੱਦ ਕਿਉਂ ਨਹੀਂ ਲੋਕਾਂ ਦਾ ਦਿਮਾਗ ਕੰਮ ਕਰਦਾ, ਮੈਂ ਨਾ ਇੰਨੇ ਕਿਉਂ ਮੂਰਖਤਾ ਕਿਉਂ ਕਰਦੇ ਹਾਂ ਆਪਾਂ, ਮੈਨੂੰ ਸਮਝ ਨਹੀਂ ਆਉਂਦੀ। ਉਹ ਵੀ ਇਹੋ ਜਿਹੇ ਮਤਲਬ ਕਿ ਰੋਂਗ ਸਾਈਡ ਤੁਸੀਂ ਜਾਣਾ ਜਿੱਥੇ ਸੜਕ ਵਾਲੀ ਬੰਦਾ ਚੱਲ ਵੀ ਜਾਵੇ। ਇੱਥੇ ਇੰਨਾ ਰਸ਼ ਹੁੰਦਾ ਨਾ, ਮੈਂ ਨਾ 91 ਦੇ ਉੱਤੇ ਅਤੇ ਇੱਕ ਗੱਡੀਆਂ ਰਾਹ 'ਚ ਲਾਈਆਂ ਨੇ, ਚੱਲ ਉਹ ਤਾਂ ਆਪਣੀ ਸਾਈਡ ਲੱਗੀਆਂ ਹੁੰਦੀਆਂ, ਪਰ ਜਿਹੜੇ ਰੋਂਗ ਸਾਈਡ ਆਉਂਦੇ ਆ ਜਮਾਂ ਫੁੱਦੂ ਬੰਦੇ। ਅੱਜ ਮੈਂ ਵੇਖ ਲਿਆ ਚੰਗੇ ਭਲੇ ਮੈਂ ਨਾ ਵੱਡੀਆਂ ਵੱਡੀਆਂ ਗੱਡੀਆਂ ਵਾਲੇ ਹੈਂ। ਲੈ ਵੀ ਮਿੱਤਰਾ ਪਹੁੰਚ ਗਏ ਯਾਰਨੀ ਫਲੈਟ 'ਤੇ, ਇੱਕ ਵਾਕਿਆ ਅਸੀਂ ਹੋਰ ਵੇਖ ਲਿਆ ਜੀ। ਕੁੜੀ ਆ ਵੇ ਸਰਦਾਰ, ਉਹ ਗੱਲ ਕਿ ਝੱਬੂ ਉਹ ਤੁਹਾਡੀ ਭੈਣ ਨੂੰ ਤੁਸੀਂ ਗਿਆਨੀ ਹੋ, ਗਿਆਨੀ ਦੀ ਬੇਇੱਜ਼ਤੀ ਕਰਦੇ ਆ ਸਰਦਾਰਾਂ ਦੀ। ਹੁਣ ਆਹ ਮੰਨਾ ਗਵਾਇਆ ਚੀਜ਼ਾਂ ਅਸੀਂ ਬੰਦੇ ਵੇਖੇ ਗੁਰੂ, ਇਹ ਕੁੜੀ ਯਾਰ ਚੱਲ ਜਾਣ ਡੀਆਂ, ਮੰਨ ਲਾ ਕਿਸੇ ਹੱਦ ਤੱਕ ਨਾ ਛੇੜਤਾ ਹੋਊ ਯਾਰ, ਤੂੰ ਤੇ ਇਹਨਾਂ ਦੇ ਵਿੱਚ ਗੱਡੀ ਮਰੀ ਇਹਨਾਂ ਦਾ, ਉਹ ਤੱਕ ਨਾ ਬੋਨ ਨੂੰ ਫਿਰਦੇ, ਮੈਂ ਨਾ ਇੰਨੇ ਉਹਨਾਂ ਪੌੜੇ ਫਿਰਦੇ ਮੁਲਕ ਗੁਰੂ ਆ ਮੈਂ। ਜੇ ਰੱਬ ਨਾ ਕਰੇ ਕਿ ਚੱਲ ਮੰਨ ਲਾ ਲਾਗੇ ਬੰਨੇ ਕਿਤੇ ਦੂਰ ਨੇੜੇ ਦੇ ਲਾਗੇ ਬੰਨੇ ਭਰਾ ਖਲੋਤੇ ਹੋਣ, ਜਾਂ ਮੰਨ ਲਾ ਕੋਈ ਰਿਸ਼ਤੇਦਾਰੀ ਉਹਦੇ ਗਿਆਨੀਆਂ ਨੇ ਛੱਤਰ ਖਾਣੇ ਸੀ ਰੱਜ ਕੇ, ਸਾਨੂੰ ਸਾਡੀ ਪੱਗ ਲਾ ਦੀ ਤੇ ਸਾਨੂੰ ਐ ਕਰਤਾ। ਮੈਂ ਨਾ ਅੱਜ ਮੈਂ ਵੇਖ ਕੇ ਮੈਨੂੰ ਗੁੱਸਾ ਚੜ ਗਿਆ, ਗੱਡੀ ਲੈ ਕੇ ਬਾਅਦ ਚੋਂ ਗੁਰੂ ਆ ਡਰੀਆਂ ਪਈਆਂ ਗੁਰੂ। ਮੈਂ ਨਾ ਸੱਚੀ ਦੱਸਾਂ ਬੇੜਾ ਗਰਗ ਹੁੰਦਾ ਗੁਰੂ ਆ, ਮਾੜੀ ਮੋਟੀ ਸ਼ਰਮ ਕਰਿਆ ਕਰੋ, ਮਾਲਾ ਛੇੜ ਦੀ ਕਿਉਂ ਮੰਨੇ ਯਾਰ ਭੈਣ ਦੀ, ਜੇ ਮਾਲਾ ਜਿਹੜੀ ਹੱਦ ਤੱਕ ਮਾਲਾ ਜਿਹੜੀ ਛਿੜੀ ਆ, ਜਿਹੜੀ ਛਿੜੀ ਆ ਉਹਦੀ ਗੱਲ ਕੋਈ ਨੀ, ਜਿਹੜੀ ਵਿਚਾਰੀ ਆਪਣੇ ਰਾਹ ਸਿਰ ਨਹੀਂ ਸੱਚੀ ਛਿੱਤਰ ਵਾਲੇ ਕੰਮ ਸੀ, ਮੈਨੂੰ ਵੇਖ ਬੜਾ ਧੱਪ ਜਿਹੜਾ ਗੁੜੇ ਸਾਰੇ ਨੇ ਪੱਗਾਂ ਬੰਨੀ ਤੇ ਨਾ ਝੁਆ ਜਾਣੇ ਨੇ ਗੁਰੂ ਆ। ਜੇ ਇੱਥੇ ਕਿਤੇ ਹੁੰਦਾ ਕਿਤੇ ਲਾਗੇ ਬੰਨੇ ਕੁੜੀਆਂ ਦੇ ਭਰਾ ਭੂ ਕਿਤੇ ਆਵਾਜ਼ ਹੀ ਮਾਰਦੇ ਤੇ ਇਹਨਾਂ ਨੇ ਬਾਜ ਡਾਈ ਨਹੀਂ ਦੇਣੀ, ਇਹਨਾਂ ਗੋਲੀ ਨੂੰ ਜਾਣਾ ਸੀ, ਇਹੋ ਜਿਹੇ ਗੱਡੀ ਮਾਰ ਲੈਂਦੇ ਹੁੰਦੇ ਆ ਡਰਦੇ ਗੱਡੀ ਗੱਡੀ ਮਾਰ ਲੈਣੀ। ਮੈਂ ਤੁਹਾਨੂੰ ਦੱਸਣਾ ਆਪਾਂ ਉੱਥੇ ਕਿਤੇ ਦਬਕਾ ਮਾਰਦੇ ਨਾ ਗੋਲੀ ਨੂੰ ਜਾਣਾ ਸੀ। ਚੱਲ ਵੇ ਭਾਈ ਚੱਲੀਏ, ਧੱਕੇ ਬੜੇ ਆਣਾ ਜਿਮ ਬੜਾ ਠੋਕੇ ਲੱਗਾ ਅੱਜ, ਲੈ ਬਈ ਡਾਈਟ ਵਾਲਾ ਸੱਜ ਸਮਾਨ ਅਸੀਂ ਲੈ ਲਿਆ। ਉਹ ਸੈਂਡਵਿਚ ਫੜ ਲੈਣਾ ਨਾ, ਉਹਨਾਂ ਦੇ ਗੁਰੂ ਮਰ ਜਾਣਾ ਲਿਟ ਜਾਣਾ ਉਹਨਾਂ ਨੇ ਜਦੋਂ ਸੱਜ ਸਮਾਨ ਆਉਣਾ ਲੈ ਕੇ ਉਹਨਾਂ ਦੇ ਗੁਰੂ ਆ। ਮੰਦੇ ਭਾਵੇਂ ਲਾੜੀ ਪੈਣ ਜਿੰਨੀ ਆਉਂਦੇ ਭੁੱਖ ਲੱਗੀ ਸਾਨੂੰ, ਲਾਡੀ ਬਿਮਾਰ ਹੋ ਗਿਆ ਜੀ, ਲਾਡੀ ਲਿਮਕੇ ਨੇ ਸਾਨੂੰ ਚੱਕਰ ਪਾ ਦਿੱਤਾ ਕੁੜੀ ਆ। ਭਾਈ ਕਹਿੰਦੇ ਪਹੁੰਚ ਗਏ ਮੁੰਡੇ ਫਲੈਟ, ਗੱਦਾ ਲਾਓ ਮੇਰਾ ਭਾਈ, ਗੱਦਾ ਲਾਓ ਮੇਰਾ ਗੱਦਾ, ਜਿਹੜਾ ਨਜ਼ਾਰਾ ਸੌਂਦਾ ਗੱਦੇ 'ਤੇ ਆਉਂਦਾ ਨਾ ਮੰਨੇ, ਉਹ ਕਾਹਨੂੰ ਗੱਲਾਂ ਲੈ ਗੈਂਗ ਲੱਗਦਾ ਹੈ ਨਹੀਂ, ਇੱਥੇ ਗੈਂਗ ਗਈ ਕਿਸੇ ਪਾਸੇ, ਭੁੱਖੀ ਮੇਰੀ ਗੈਂਗ ਨਹੀਂ ਲੱਗੀ ਮੇਰੇ ਹਿਸਾਬ ਨਾਲ, ਹੈਂ ਬੱਤੀਆਂ ਚਗਾ ਅਤੇ ਗੱਦਾ ਲਾਈਏ ਬੰਦਿਆਂ ਦੇ, ਗੱਡੀ ਕੋਲ ਬੰਦੇ ਟੇਕਣ ਵਾਲੀਆਂ ਏਜੰਸਾਂ ਨਹੀਂ ਹੈਗੀਆਂ। ਮੈਂ ਵੀ ਮਿੱਤਰਾ ਇੱਥੋਂ ਦਾ ਵੀ ਵਿਊ ਘੈਂਟ ਜੀ, ਪਰ ਇੱਥੇ ਲਾਗੇ ਬੰਨੇ ਫਲੈਟ ਬਹੁਤ ਜ਼ਿਆਦਾ ਆ, ਗੱਲ ਕਹਿੰਦੀ ਕਿ ਆਪਾਂ ਨੂੰ ਪੈੜੀਆਂ ਦਾ ਵਿਊ ਨਹੀਂ ਮਿਲਦਾ, ਪੇਂਡੂ ਮਾਹੌਲ ਨਹੀਂ ਮਿਲਦਾ ਇਹ ਪਾਸੇ। ਮੈਂ ਕਿਹਾ ਕਿ ਯਾਰ ਨਹੀਂ ਉੱਧਰਲੇ ਫਲੈਟ 'ਚ ਜ਼ਿਆਦਾ ਰਹਿੰਦੇ ਆ, ਹੈ ਉਹ ਤੁਹਾਡਾ ਭਲਾ ਜੀ ਤੁਹਾਡਾ, ਹਾਂ ਕੀ ਗੱਲ ਹੋਈ ਤੈਨੂੰ ਬਾਸ਼ੀ, ਹੈਂ ਜ਼ਿਆਦਾ ਬਾਸ਼ੀ ਹੋ ਗਈ ਭੈਣ 'ਚ, ਬੋਕੀ ਮਾਰ ਗਿਆ ਭੈਣ 'ਚ, ਕੀ ਗੱਲ ਹੋਈ ਆ, ਹੈਂ ਜ਼ਿਆਦਾ ਜ਼ਿਆਦਾ ਬਾਸ਼ੀ ਹੋ ਗਈ ਤੁਹਾਡੀ, ਹੈ ਸਰਪੰਚ ਸੌਂ ਗਿਆ, ਸੌਣ ਲੈਂਦੇ ਫਿਰ ਬੰਦੇ ਟਾਈਮ ਸਿਰ ਟੇਢੇ ਹੋ ਗਏ ਸਾਰੇ ਅੱਜ ਦੇ, ਹੈਂ ਦੱਸ ਤਾਂ ਨਹੀਂ ਸਵੇਰੇ ਟਾਈਮ ਸਿਰ ਉੱਠ ਪਿਆ ਆਪਾਂ ਜਾਣਾ, ਹੈਂ ਇਹ ਨਾ ਮਾਮਾ ਇੱਥੇ ਫਿਰ ਟਾਈਮ ਬਸ ਮੈਨੂੰ ਜਿਹੜਾ ਸਵੇਰੇ ਨਹੀਂ ਯਾਰ, ਸਿਰ ਚੱਲੀ ਤੜਕੇ ਨਹੀਂ ਜਾਵਾਂਗੇ ਮਜ਼ੇ ਨਾ ਹੀ, ਸਵੇਰੇ ਉੱਠ ਕੇ ਖਾ ਪੀ ਕੇ ਵਧੀਆ, ਸਵੇਰੇ ਆਪਾਂ ਸਵੇਰੇ ਹੈਗਾ ਐਤਵਾਰ ਆ, ਸਵੇਰੇ ਆਪਾਂ ਜਿੰਮ ਤਾਂ ਲਾਉਣਾ ਨਹੀਂ, ਸਵੇਰੇ ਫੰਕਸ਼ਨ ਕਰਦੇ ਜਾਣਾ ਆਪਾਂ ਲੋਏ ਲੋਏ, ਮੈਂ ਤੁਸੀਂ ਮਜ਼ੇ ਨਾਲ ਜ਼ਿਆਦਾ ਨਹੀਂ ਨਾ 9 ਵਜੇ ਤੱਕ ਤਿਆਰ ਹੋ ਜਾਓ, 9 ਵਜੇ ਆਪਾਂ ਗੱਡੀ 'ਚ ਤੁਸੀਂ ਬਹਿ ਜਾਇਓ, 9 ਵਜੇ ਤੱਕ ਤੁਹਾਨੂੰ ਮੈਂ ਛੂਟ ਦਿੰਦਾ, ਹੁਣ ਜਿੰਨਾ ਮਰਜ਼ੀ ਬਾਸ਼ੀ ਕਰੋ ਜੋ ਮਰਜ਼ੀ ਕਰੋ, ਸਵੇਰੇ 9 ਵਜੇ ਗੱਡੀ 'ਚ ਠੀਕ ਹੈ। ਮੈਂ ਸੋਣਾ ਇੱਥੇ ਮੇਰਾ ਗੱਦਾ ਲਾ ਭਾਈ, ਅੰਦਰ ਮੈਨੂੰ ਨੀਂਦ ਨਹੀਂ ਆਉਂਦੀ, ਹੈਂ ਵਾਈਫ ਨਹੀਂ ਹੈਗੀ ਅੰਦਰ, ਜਿਹੜੀ ਥੱਲੇ ਭੁੰਜੇ ਸੌਂਦਾ ਨਜ਼ਾਰਾ ਵਾ ਨਾ ਉਹ ਭੁੰਜੀ ਆ, ਮੈਂ ਤਾਂ ਗੱਦੇ ਲੱਗੇ ਬਿਸਤਰੇ ਲੱਗੇ ਆ, ਹੈਂ ਇੱਧਰ ਵੀ ਬੈਡ ਲੱਗਾ ਇੱਕ ਉੱਧਰ ਬੈਡ ਲੱਗਾ, ਉੱਧਰ ਸਰਪੰਚ ਨਹੀਂ ਪਏ। ਮੈਂ ਵੀ ਮਿੱਤਰਾ ਕਹਿੰਦੇ ਮੰਨੇ ਹੋਣਾ ਨੇ ਗੱਦਾ ਲਾ ਤਾ ਜੀ, ਬਹੁਤ ਬਹੁਤ ਧੰਨਵਾਦ ਸੱਜੀ ਤੇਰਾ ਜੀ, ਉਹ ਤੂੰ ਬਾਹਰ ਚਲ ਗਿਆ ਫਿਰ ਆਹ ਕੰਮ ਕੌਣ ਕਰਿਆ ਕਰੂ ਮੇਰੇ ਨਿਗੇ ਨਿਗੇ, ਹੈਂ
ਮੁੱਦੇ ਵਾਲੀ ਗੱਲ ਤੇ ਆ ਗਿਆ ਤੂੰ ਹੈਂ, ਫਿਰ ਤਾਂ ਤੁਹਾਨੂੰ ਮੈਂ ਵੀ ਨਹੀਂ ਲੱਭਣਾ ਤੇ ਫਿਰ ਤੁਹਾਨੂੰ ਤੂੰ ਲੱਭਣਾ ਨਹੀਂ ਨਾ ਇੰਸਟਾ ਨਾ ਸਨੈਪ। ਲੈ ਵੀ ਮਿੱਤਰਾ ਆਹ ਕੋਈ ਸੱਜਣ ਸਾਨੂੰ ਬਾਹਰ ਦਾ ਡਾਕਟਰ ਦੇ ਗਿਆ ਜੀ ਅਤੇ ਫੋਨ ਵਾਲੇ ਬੰਦ ਹੋਣ ਵਾਲੇ ਜੀ। ਆਹ ਫਲੈਟ ਦੇ ਵਿੱਚ ਕੋਈ ਇਹ ਵਾਲਾ ਡਾਕਟਰ ਲੱਗਣ ਵਾਲਾ ਸਵਿੱਚ ਨਹੀਂ ਹੈਗਾ ਅਤੇ ਫੋਨ ਤੋਂ ਬਿਨਾਂ ਤਾਂ ਬੰਦੇ ਦੀ ਗਤੀ ਕੋਈ ਨਹੀਂ ਆ ਅਤੇ ਲਾਡੀ ਬੜਾ ਔਖਾ ਨੇ ਜੇ ਫੋਨ ਬੰਦ ਹੋ ਗਿਆ ਤਾਂ ਕੁੜੀ ਬੁੜੀਆਂ ਰੁੱਸ ਜਾਣੀ ਤਿੰਨ ਚਾਰ ਦਿਨ ਹਾਲ ਆ ਤਿੰਨ ਚਾਰ ਹੈਂ ਇਹ ਕੀ ਗੱਲ ਕਹਿ ਰਹੀ ਉਸਤਾਦ ਜੀ ਤੁਸੀਂ? ਹਾਂ ਦੁਨੀਆ ਖਤਮ ਖਤਮ ਹੋ ਜਾਣੀ ਆ, ਬਾਦਸ਼ੀ ਮੁੱਕ ਜਾਣੀ ਬਾਦਸ਼ੀ। ਲਾਡੀ ਆਪਦੀ ਬਾਦਸ਼ੀ ਕਰਦਾ ਕਰਦਾ ਨਾ ਤੂੰ ਨੱਚੋ ਬੰਦੇ ਨੂੰ ਬਾਦਸ਼ੀ ਕਰਾਉਣ ਡਿਆ ਜੀ, ਤੈਨੂੰ ਦੱਸਣ ਡਿਆ ਤੂੰ ਲਾਮਾ ਤੈਨੂੰ ਆ ਜਾਣਾ ਜੀ ਠੀਕ ਹੈ ਨਾ, ਬੰਦੇ ਸਾਰੇ ਸੁੱਕ ਜਾਂਦੇ ਕੁੜੀ ਆ ਵਿਆਹ ਇਹ ਫਿੱਟਣ ਡਿਆ ਵਾ, ਇਹ ਮੇਰੇ ਨਾਲ ਰਹਿਣ ਡਿਆ ਤਾਂ ਫਿੱਟਣ ਡਿਆ ਵਾ, ਜਿਹੜੇ ਬੰਦੇ ਤੂੰ ਬਾਦਸ਼ੀ ਕਰਾਉਣੇ ਸਾਰੇ ਲੱਸੇ ਹੋਣ ਡਿਆ ਜੀ, ਭਾਵੇਂ ਤੈਨੂੰ ਫੋੜਾ ਕੜੇ ਵੀ ਖਾ ਦੂੰਗਾ ਬੰਦੇ ਨਾਲ ਅੱਲੇ ਪੱਲੇ ਕੋਈ ਰਹਿਣ ਡਿਆ ਦੇ ਆਪ ਤੂੰ ਸਵੇਰੇ ਫਿਰ ਤੂੰ ਮੇਰੇ ਨਾਲ ਜਾ ਕੇ ਤੂੰ ਫਿਰ ਹਾਂ ਉੱਧਰ ਰੁੱਸਿਆ ਪਿਆ ਭਾਉ ਕੰਮ ਨੰਨਾ ਰੁੱਸ ਗਿਆ, ਨੰਨੇ ਹੋਣੀ ਤਰਲੇ ਮਰਾਉਣ ਡੇ ਨੰਨੇ ਹੋਣੀ ਪੈਰਾਂ 'ਚ ਬਹਿਣ ਤਿਆਰ ਹੋਏ ਭਰਾਵਾ ਨੰਨਾੜਾ ਕੌਣ ਨਾਲੇ ਕਿਉਂ ਨੰਨੇ ਪੁੱਤ ਬੁੱਗੇ ਤੂੰ ਗੁੱਸੇ ਹੋ ਗਿਆ ਹੈ ਇੱਧਰ ਆ ਮੇਰਾ ਪੁੱਤ ਬੁੱਗੀ ਦਾ ਇੱਧਰ ਆ ਬੱਸੀ ਪਾ ਪੁੱਤ ਆਪਣੇ ਹੈ ਇੱਧਰ ਆ ਤੂੰ ਮੇਰਾ ਪੁੱਤ ਹੈ ਲੱਤ ਰੱਖ ਸਮਾਂ ਦੇਵਤਾ ਦੀ ਮਿੱਤਰੋ ਮਿਲਦੇ ਹਾਂ ਸਵੇਰੇ ਨਵੇਂ ਵਲੋਗ ਦੇ ਨਾਲ ਅਤੇ ਸਵੇਰੇ ਸਾਡੀ ਕੋਸ਼ਿਸ਼ ਹੈਗੀ ਇਹ ਕਿ ਯਾਰ ਉਹਨੇ ਸ਼ੈਲ ਚਲ ਜਾਣ ਸਵੇਰੇ ਪਿੰਡ ਨੂੰ। ਓਹੋ ਕੈਮਰਾ ਨਹੀਂ ਸਾਫ਼ ਹੋਣ ਲੱਗਦਾ, ਇੱਕ ਮਹਿਲਾ ਹੈ ਵੀ ਹੁਣ ਬੁਗਾ ਸਾਫ਼ ਹੋਣ ਡਈ ਅਤੇ ਸਵੇਰੇ ਜਾਣ ਮੇਰੀ ਸ਼ੈਲ ਨਹੀਂ ਚਲ ਜਾਈਏ ਪਿੰਡ ਨੂੰ, ਜੇ ਸ਼ੈਲ ਕਿ ਸਵੇਰੇ ਜਾਣਾ ਹੀ ਜਾਣਾ ਹਰ ਹਾਲਤ ਦੇ ਵਿੱਚ ਸਵੇਰੇ ਹੈਗਾ ਐਤਵਾਰ ਜਾਵਾਂਗੇ ਸਹਿਜ ਮਤੇ ਨਾ, ਕਿਉਂਕਿ ਜੇ ਦੜਕੇ ਚਲ ਗਏ ਨਾ ਬਾਅਦ 'ਚ ਮੈਨੂੰ ਪਤਾ ਜਾ ਕੰਮ 'ਤੇ ਕੁਝ ਹੋਣਾ ਨਹੀਂ, ਐਤਵਾਰ ਜਿੰਮ ਸਵੇਰੇ ਲੱਗਣਾ ਨਹੀਂ, ਸਵੇਰੇ ਕੇ ਮਜ਼ੇ ਨਾਲ ਉੱਠਾਂਗੇ ਇੱਥੇ ਕੌਫੀ ਕਾਫੀ ਪੀ ਕੇ ਮਜ਼ੇ ਨਾਲ ਤੁਰਾਂਗੇ। ਬਾਕੀ ਵੇਖਾਂ ਕੀ ਮਾਹੌਲ ਬਣਦਾ, ਕਿਹੜਾ ਕਿਹੜਾ ਬੰਦਾ ਜਾਣ ਨੂੰ ਤਿਆਰ ਹੁੰਦਾ ਹੈ ਨਾ। ਫਿਲਹਾਲ ਹੁਣ ਤਾਂ ਸਾਰੇ ਰੈਡੀ ਆ ਕਿਉਂਕਿ ਮਾਲੀ ਆ ਗਏ ਨਾ ਜੀ, ਵੱਧ ਤੋਂ ਵੱਧ ਜਾਣ ਮੇਰੀ 2-3 ਦਿਨ ਲੱਗਦਾ। ਐਰਗੀ ਨੂੰ ਮੈਂ ਖੋਲ੍ਹ ਦਿੱਤੀ, ਮੈਂ ਜੋ ਤੁਹਾਡਾ ਦਿਲ ਕਰਦਾ ਜਿੱਥੇ ਜਾਣਾ ਆਉਣਾ ਜਾਓ ਫਨ ਕਰੋ। 2 ਦਿਨ ਫਨ ਕੀਤਾ, 3ਜੇ ਦਿਨ ਇਹਨਾਂ ਦੇ ਮੂੰਹ ਮੁੜ ਗਏ ਹੈ ਨਾ। 2 ਦਿਨ ਬਾਦਸ਼ੀ ਹੁੰਦੀ ਆ, ਪਿੰਡ ਪਿੰਡ ਹੀ ਆ ਜਾਣ ਮੇਰੀ ਹੈ ਨਾ। ਤੁਹਾਨੂੰ ਵੀ ਪਿੰਡ ਦੇ ਬਲੌਗ ਪਸੰਦ ਮੈਨੂੰ ਪਤਾ ਆ, ਪਰ ਤੁਸੀਂ ਬਲੌਗਾਂ ਦੇ ਹਿਸਾਬ ਤਾਂ ਆਪਣੇ ਨਾਲ ਬਾਦਸ਼ੀ ਕਰਦੇ ਰਹਿੰਦੇ ਜਾਣਾ, ਜਿੱਥੇ ਤੁਸੀਂ ਜਾਈਦਾ ਉੱਥੇ ਤੁਸੀਂ ਨਾਲ ਮਾਹੌਲ ਚੱਲ ਵੇਖ ਲੈਂਦੇ ਜੇ ਕਿ ਨਹੀਂ ਕੀ ਆਉਂਦਾ। ਬਾਕੀ ਜਾਣ ਮੇਰੀ ਜੀ ਤੁਸੀਂ ਕਮੈਂਟ ਸਾਰੇ ਭਰਾ ਬੜੇ ਵਧੀਆ ਕਰਦੇ ਆ। ਇੱਕ ਚੀਜ਼ ਹੋਰ ਮੈਂ ਤੁਹਾਨੂੰ ਕਹਿਣੀ ਕਿ ਜਦੋਂ ਤੁਸੀਂ ਵਲੌਗ ਵੇਖਦੇ ਤੁਹਾਨੂੰ ਕੋਈ ਚੀਜ਼ ਵਿੱਚੋਂ ਵਧੀਆ ਲੱਗੀ ਨਾ, ਹਾਸੇ ਮਜ਼ਾਕ ਵਾਲੀ ਲੱਗੀ ਹੈ ਨਾ, ਫਨ ਕੀਤਾ ਤੁਸੀਂ, ਚਲੋ ਆਪਣੇ ਵਲੌਗ ਸਾਰੇ ਹੁੰਦੇ ਫਨ ਸ਼ਨ ਵਾਲੇ ਹੈ ਨਾ, ਐਂਟਰਟੇਨਮੈਂਟ ਵਾਲੇ ਹੁੰਦੇ ਕਿ ਜੋ ਰੌਣਕ ਮੇਲਾ ਕਰੀਦਾ ਤੁਹਾਨੂੰ ਤੁਹਾਡੇ ਸਾਹਮਣੇ ਪੇਸ਼ ਕਰ ਦਈਦਾ। ਤੁਸੀਂ ਕੋਸ਼ਿਸ਼ ਕਰਿਆ ਕਰੋ ਕਿ ਅੱਗੇ ਜਿਹੜਾ ਕੋਈ ਵੀਰ ਭਰਾ ਆਪਣਾ ਉਹਨਾਂ ਸ਼ੇਅਰ ਕਰਦਾ ਕਰੋ, ਕਿਉਂਕਿ ਸਿਰਫ 30-40 ਮਿੰਟ ਦਾ ਵਲੌਗ, 30-40 ਮਿੰਟ ਜੇ ਕੋਈ ਹੱਸ ਖੇਡ ਲੈਂਦਾ ਤਾਂ ਵਧੀਆ ਗੱਲ ਆ ਹੈ ਨਾ। ਟੈਨਸ਼ਨਾਂ ਸਾਰੀਆਂ ਜ਼ਿੰਦਗੀ 'ਚ ਬੜੀਆਂ ਵਾ ਅਤੇ ਟੈਨਸ਼ਨਾਂ ਇਹ ਚੱਲਦੀਆਂ ਰਹਿਣੀਆਂ ਜਿੰਨਾ ਚਿਰ ਤੱਕ ਜ਼ਿੰਦਗੀ ਆ। ਅੱਜ ਵੀ ਮੈਨੂੰ ਕੁਝ 2 ਭਰਾ ਮਿਲੇ, ਇੱਕ ਭਰਾ ਨੇ ਗੱਲ ਦੱਸੀ ਮੈਨੂੰ ਕਿ ਮੇਰਾ ਭਰਾ ਨਸ਼ੇ ਬਹੁਤ ਕਰਦਾ ਅਤੇ ਮੈਂ ਵੀਰ ਦੀ ਗੱਲ ਸੁਣਦਾ ਰਿਹਾ ਅਤੇ ਵੀਰ 2 ਕੰਮ ਕਰਦਾ ਹੈ ਨਾ, ਉਹ ਬਾਈ ਨੇ ਮੈਨੂੰ ਗੱਲ ਦੱਸੀ। ਚਲੋ ਸੱਚ ਝੂਠ ਆਪਾਂ ਨੂੰ ਪਤਾ ਤਾਂ, ਪਰ ਅਗਲੇ ਨੇ ਗੱਲ ਦੱਸੀ ਹੈ ਨਾ, ਉਹਦੀਆਂ ਅੱਖਾਂ ਵੀ ਨਾਮ ਹੀ ਬੰਦੇ ਦੀਆਂ ਹੈ ਨਾ। ਚਲੋ ਆਪਾਂ ਸੁਣੀ ਗੱਲ ਅਤੇ ਉਹ ਬਾਈ ਨਾਲ ਮੈਂ ਗੱਲਾਂ ਬਾਤਾਂ 10-15 ਮਿੰਟ ਖਲੋਤਾ ਰਿਹਾ। ਮੈਂ ਜਦੋਂ ਉਹ ਚੱਕਣ 'ਤੇ ਗਿਆ ਸੀ ਨਾ, ਖਾਣ ਪੀਣ ਵਾਸਤੇ ਗਿਆ ਸੀ, ਉੱਥੋਂ ਦੀ ਗੱਲ ਹੈ ਉਹ, ਅਤੇ ਉਹ ਬਾਈ ਦੱਸਣ ਦਾ ਕਹਿੰਦਾ ਕਿ ਮੈਂ ਯਾਰ ਨਸ਼ੇ ਪੱਤੇ ਵਾਲੇ ਬੰਦੇ ਦਾ ਕੋਈ ਮਸਲਾ ਹੱਲ ਨਹੀਂ ਆ, ਰੱਬ ਦੇ ਘਰ ਜਾ। ਮੈਂ ਕਿਹਾ ਉਹਦੇ ਗਾੜੀ ਹੱਥ ਪੱਲਾ ਜੋੜ, ਉਹ ਮਨ ਮਿਹਰ ਪਾਵੇ, ਉਹ ਮੇਰਾ ਰਹਿਮਤਾਂ ਕਰੇ ਤਾਂ ਨਸ਼ਾ ਛੁੱਟ ਜੂਗਾ, ਨਹੀਂ ਤਾਂ ਜਿਹੜੇ ਘਰਾਂ ਦੇ ਵਿੱਚ ਨਸ਼ਾ ਵੜ ਗਿਆ ਨਾ, ਨਸ਼ਾ ਕੱਢਣਾ ਬੜਾ ਔਖਾ ਜੀ, ਹਾਸੇ ਭਾਣੇ ਲੱਗ ਤਾਂ ਜਾਂਦਾ ਨਾ ਹੈ ਨਾ। ਅਤੇ ਉਹ ਬਾਈ ਦਾ ਹਾਲ ਵੇਖ ਕੇ ਪਤਾ ਲੱਗਦਾ ਸੀ ਹੈ ਨਾ, ਅਤੇ ਉਹਨੇ ਮੈਨੂੰ ਕਾਫੀ ਟਾਈਮ ਲੱਗ ਖਲੋਤਾ ਰਿਹਾ। ਮੈਂ ਤਾਂ ਬਸ ਉਹਨੂੰ ਬਾਈ ਨੂੰ ਇੱਕੋ ਮੈਂ, ਕਿਉਂਕਿ ਮੇਰੀ ਜੋ ਮੇਰੀ ਸੋਚ, ਮੇਰੇ ਸੋਚ ਦੇ ਸਾਡਾ ਦੇ ਗੁਰੂ ਮਹਾਰਾਜ ਜੀ ਆ ਜਿਹੜਾ ਆਪਾਂ ਨੂੰ ਪੁੱਠੇ ਕੰਮਾਂ ਤੋਂ ਰੋਕ ਕਿਸੇ ਦੇ ਪਾਸੇ ਲਾਉਂਦਾ, ਆਪਾਂ ਕੁਛ ਵੀ ਨਹੀਂ ਕਰ ਸਕਦੇ। ਉਹਨੇ ਆਪਾਂ ਨੂੰ ਭੇਜਿਆ, ਉਹ ਆਪਾਂ ਨੂੰ ਬਾਂਹ ਫੜ ਕੇ ਦੂਜੇ ਪਾਸੇ ਕਰ ਦੂਗਾ ਹੈ ਨਾ। ਅਤੇ ਮੱਤ ਵੀ ਆਪਣੀ ਉਹ ਮਾਰਤਾ ਜਦੋਂ ਆਪਾਂ ਦੇ ਘਰ ਨਹੀਂ ਜਾਂਦੇ ਆਪਾਂ, ਬੜੀ ਚੀਜ਼ਾਂ ਹੁੰਦੀਆਂ ਨਾ, ਉਹਨੂੰ ਮੈਂ ਗੱਲ ਫਿਰ ਕਿਸੇ ਦਿਨ ਕਰੂੰਗਾ। ਅਤੇ ਬਸ ਇਹ ਹੈ ਕਿ ਉਹ
ਕੋਈ ਵੀ ਜੇ ਵੀਰ ਭਰਾ ਇੱਦਾਂ ਦਾ ਹੈਗਾ ਨਾ, ਜੇ ਕਿਸੇ ਦੇ ਪਰਿਵਾਰ 'ਚ ਕੋਈ ਨਸ਼ਾ ਪੱਤਾ ਕਰਦਾ ਵਾ, ਸਮਝਾਇਆ ਨਹੀਂ ਸਮਝਣਾ ਉਹਨੇ, ਰੱਬ ਗੜੀ ਹੱਥ ਪੱਲਾ ਜੋੜੋ, ਉਹਦੀ ਸੰਗਤ ਛਡਾਓ, ਅਤੇ ਉਹਦੇ ਮਿੱਠੇ ਪੋਲੇ ਹੋ ਗਏ ਜਾਂ ਉਹਦੇ ਗੜੀ ਹੱਥ ਪੱਲਾ ਜੋੜ ਕੇ ਉਹਨੂੰ ਸਮਝਾਓ, ਮਾਰਿਆਂ ਕੁੱਟਿਆਂ ਉਹਨੇ ਕਿਸੇ ਨਸ਼ਾ ਨਹੀਂ ਛੱਡਣਾ, ਹੈ ਨਾ, ਤੁਹਾਡੇ ਡਰ ਕਰਕੇ ਛੱਡ ਦੂਗਾ ਪਰ ਬਾਅਦ 'ਚ ਫਿਰ ਉਹ ਹਾਲ ਹੋ ਜਾਣਾ। ਸੋ ਮੇਰੀ ਜਾਨ, ਜਿਹਨਾਂ ਦੇ ਘਰਾਂ 'ਚ ਚੀਜ਼ ਹੈਗੀ, ਸਾਰੇ ਪੰਜਾਬ ਦੇ ਹਰੇਕ ਘਰ 'ਚ ਇੱਕ ਬੰਦਾ ਹੈਗਾ ਜੀ, ਕਿਸੇ 'ਚ ਨਹੀਂ ਵੀ ਹੋਊਗਾ ਉਹਦੇ ਵਿੱਚ ਉਹ ਘਰ 'ਚ ਬਿਮਾਰੀ ਹੋਊਗੀ, ਜੇ ਉਹ ਘਰ 'ਚ ਬਿਮਾਰੀ ਨਹੀਂ ਹੋਊਗੀ ਉਹ ਘਰ ਦੇ ਵਿੱਚ ਕੋਟਾਂ ਕਚਹਿਰੀਆਂ ਚੱਕਰ ਪਏ ਹੋਣਗੇ, ਦੁੱਖ ਤਕਲੀਫਾਂ ਜਾਣ ਸਾਰਿਆਂ ਨੂੰ ਹੀ ਬੜੀਆਂ ਵਾ, ਹੈ ਨਾ। ਇਹ ਚੀਜ਼ ਚੱਲਦੀ ਰਹਿਣੀ ਆ, ਜ਼ਿੰਦਗੀ ਇਹੋ ਹੀ ਆ, ਜੇ ਆਪਾਂ ਨੂੰ ਜ਼ਿੰਦਗੀ ਸੌਖੀ ਹੋ ਗਈ ਤਾਂ ਫਿਰ ਸਵਰਗ ਦੇ ਉੱਥੇ ਹੋ ਗਿਆ, ਹੈ ਨਾ। ਜ਼ਿੰਦਗੀ ਆ ਇਹ, ਸਾਰੀ ਜ਼ਿੰਦਗੀ ਆਪਾਂ ਨੂੰ ਚੀਜ਼ਾਂ ਨਾਲ ਆਪਣੇ ਚੱਲਣੀਆਂ ਵਾ, ਅਤੇ ਘਬਰਾਉਣਾ ਨਹੀਂ ਆ। ਅਤੇ ਬਲੌਗ ਦੇ ਵਿੱਚ ਤੁਸੀਂ ਫਨ ਸ਼ਨ ਵੇਖਦੇ ਹੁੰਦੇ ਜੇ, ਉਹਨੂੰ ਅੱਗੇ ਸ਼ੇਅਰ ਕਰਦਿਆ ਕਰੋ, ਕੋਈ 2-4 ਮਿੰਟ ਹੋਰ ਵੀ ਹੱਸ ਖੇਡ ਲਵੇ। ਅਤੇ ਬਾਕੀ ਜਿਨ੍ਹਾਂ ਨੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਉਹ ਕਰ ਲਓ, ਅਤੇ ਸਨੈਪਚੈਟ ਇੰਸਟਾਗ੍ਰਾਮ 'ਤੇ ਗੇੜਾ ਛੇੜਾ ਮਾਰਿਆ ਕਰੋ, ਉੱਥੇ ਕੁਛ ਨਾ ਕੁਛ ਪਾਉਂਦੇ ਰਹੀਦਾ। ਸਨੈਪਚੈਟ 'ਤੇ ਇੱਕ ਮਿੰਨੀ ਬਲੌਗ ਆ, ਇੱਕ ਦਿਨ ਪਹਿਲਾਂ ਜਿਹੜਾ ਆ ਜਾਂਦਾ। ਠੀਕ ਹੈ ਮੇਰੀ ਜਾਨ, ਬਾਏ ਬਾਏ, ਜਿਹਦੇ ਵਾਸਤੇ ਰਹੋ ਨਿਆਰੇ ਲਓ, ਮਿਲਦੇ ਹਾਂ ਕੱਲ੍ਹ ਨਵੇਂ ਬਲੌਗ ਦੇ ਨਾਲ, ਤਗੜੇ ਬਾਦਸ਼ਾਹੀ ਕਰਦੇ ਰਹੋ।